ਤੁਸੀਂ ਵਿਆਹ ਜੀ ਬਾਰੇ ਗੱਲ ਕਰਦੇ ਸੀ ਜਿਹੜੀ, ਹਾਂ ਮੈਂ ਉਹ ਮਨਿੰਦਰ ਨਾਲ ਗੱਲ ਕੀਤੀ ਦੀ, ਜਿਹੜੀ ਆਪਣੇ ਘਰੇ ਮਾਸਟਰ ਨਹੀਂ ਰਹਿੰਦੀ, ਹਾਂ ਵੀ ਹੁਣ ਕਰਾਉਣਾ ਤਾਂ ਹੈਗੀ ਹੈ, ਚੱਲ ਜੇ ਆਪਦੀ ਪਸੰਦ ਦਾ ਹੋ ਜਾਏ ਹੈ ਨਾ, ਤਾਂ ਉਹਦੇ ਵਰਗੀ ਕੀ ਰੀਸ ਹੈ? ਉਹ ਮੇਰੇ ਕੋਲ ਗਿਆ ਸੀਗਾ, ਕਹਿੰਦਾ ਵੀ ਮਾਮਾ ਚੱਲ ਮੈਂ ਵਿਆਹ ਕਰਾਉਣਾ, ਕਹਿੰਦਾ ਹੁਣ ਫਿਰ। ਅੱਛਾ, ਹਾਂ ਚੱਲ ਇਹ ਤਾਂ ਵਧੀਆ ਬਾਈ, ਮੰਨ ਗਿਆ ਤਾਂ ਪਰਮਾਤਮਾ ਦਾ ਮੈਂ ਤਾਂ ਲੱਖ ਲੱਖ ਸ਼ੁਕਰ ਗੁਜ਼ਾਰ ਕਰਾਂ। ਮੈਂ ਪੁੱਤ ਦੱਸ ਗੱਲ ਵੀ ਮੈਂ ਤੇਰੇ ਤੋਂ ਸੁੱਖ ਦੇ ਵਿਆਹ ਦੀ ਗੱਲ ਪੁੱਛਿਆ ਆ, ਠੀਕ ਹੈ? ਤੇਰੇ ਮੰਮੀ ਡੈਡੀ ਨਾਲ ਗੱਲ ਕਰੂੰਗਾ ਮੈਂ, ਠੀਕ ਹੈ? ਤੇਰੇ ਮੰਮਾ ਅੜੀਕਾ ਲਾਉਂਦੇ ਨੇ ਜ਼ਿਆਦਾ ਕਿ ਤੇਰੇ ਡੈਡੀ? ਡੈਡੀ ਤਾਂ ਕੁਛ ਨਹੀਂ ਕਹਿੰਦੇ, ਉਹ ਤਾਂ ਮੇਰੀ ਖੁਸ਼ੀ ਭਾਲਦੇ, ਵੀ ਜਿੱਥੇ ਮੈਂ ਖੁਸ਼ ਹਾਂ ਉਹਨਾਂ ਤਾਂ ਉਹ ਠੀਕ ਆ, ਪਰ ਮੰਮੀ ਥੋੜ੍ਹੇ ਪਿੰਡ ਕਰਕੇ ਨਾ ਮਾਹੌਲ ਕਰਕੇ। ਮੈਂ ਉਹਦੇ ਫਾਦਰ ਕੋਲ ਜਾਊਂਗਾ ਗੱਲ ਕਰਨ ਉੱਥੇ, ਠੀਕ ਹੈ? ਉਹਦੀ ਮਾਂ ਨੂੰ ਉਹ ਆਪੇ ਸਮਝਾਊਗਾ, ਮੈਂ ਆਪ ਉਹਦੇ ਮੂਹਰੇ ਹੱਥ ਬੰਨ ਦੂੰ ਵੀ ਭੈਣ ਜੀ ਇਹ ਕੰਮ ਹੋ ਲੈਣ ਦਿਓ। ਉਹਨੇ ਦੇਖ ਜਿੰਨੀ ਮਾੜੀ ਕਰਨੀ ਤੀ, ਤੇਰੀ ਤਾਂ ਮਾੜੀ ਕੀਤੀ ਕੀਤੀ ਮੇਰੀ ਕੀਤੀ ਆ, ਕਿਆ ਦੇਖ ਲੈ ਹੁਣ 1500 ਦੀ ਕੋਈ ਰਿਸ਼ਵਤ ਹੁੰਦੀ ਆ ਜਿਹੜਾ ਕੇਸ ਚੱਕੀ ਆ। ਉਹ ਚੱਲ ਯਾਰ ਦਫਾ ਕਰ, ਨਹੀਂ ਨਹੀਂ ਆਪਾਂ ਤਾਂ ਉਹ ਗੱਲ ਆ ਵੀ ਜਿੱਧਰ ਗਿਆ ਬਾਣੀ ਆ ਉੱਧਰ ਗਿਆ ਬਜਾ ਗਿਆ ਤਾਂ ਰੋਟੀ ਖਾਣ ਨੂੰ ਵੀ ਨਹੀਂ ਜੀ ਕਰਦਾ, ਅਬ ਤਾਂ ਰਾਤ ਵੀ 5 ਖਾ ਗਿਆ, ਸਵੇਰ ਉੱਠਣ ਸਾਰ ਫੇਰ ਲੰਗਰ ਛੱਕ ਗਿਆ, ਪਰਵਾਹ ਹੀ ਨਹੀਂ ਹੈਗੀ ਮੇਰੀ ਤਾਂ, ਕੁੜੀਆਂ ਦੇ ਆਲੇ ਦੁਆਲੇ ਫਿਰਦਾ, ਮੈਨੂੰ ਤਾਂ ਐਂ ਲੱਗਦਾ ਮੈਂ ਗਲਤ ਫੈਸਲਾ ਲੈ ਲਿਆ ਜ਼ਿੰਦਗੀ ਵਾਸਤੇ, ਮੈਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੈਗੀ ਮੇਰੀ, ਇੱਕ ਵਾਰੀ ਵੀ ਨਹੀਂ ਪੁੱਛਿਆ, ਨਾਲੇ ਮੈਂ ਆਨੇ ਵੀ ਕੱਢੇ ਸੀਗੇ ਨਾ। ਹਾਂਜੀ ਪਾਣੀ ਲਿਆਵਾਂ, ਗੋਲੀ ਦੇਵਾਂ? ਬਾਪੂ ਨੂੰ ਐਂ ਨਹੀਂ ਹੈਗਾ ਵੀ ਇਹ 'ਚ ਨੱਟ ਜਾ ਪਵਾ ਦੇ, ਮੈਂ ਇੱਥੋਂ ਤਾਂ ਨਹੀਂ ਟਾਈਮ ਲੱਗਦਾ। ਹਾਂ ਵੀ ਕਿਵੇਂ ਜੀਭਾਂ ਜਿਹੀਆਂ ਕੱਢਦਾ ਤੂੰ, ਗਰਮੀ ਲੱਗਦੀ ਆ ਓਏ, ਅਰੇ ਸਾਲਿਆ ਖਾ ਪੀ ਕੇ ਵੀ ਟੀਟਣੇ ਮਾਰਦਾ ਤੂੰ। ਕਿੱਧਰ ਵੜ ਰਹੀ ਆ ਮਾਸਟਰ ਨੀ ਅੱਜ, ਜਮੀ ਨਹੀਂ ਕੋਈ ਚਾਹ ਪਾਣੀ ਦਾ ਪੁੱਛਿਆ ਹੈਗਾ। ਮਨਿੰਦਰ ਮਨਿੰਦਰ ਕੀ ਆ? ਉਹ ਪਾਣੀ ਦੀ ਕੁੱਟ ਲਿਆ ਦੇ ਯਾਰ, ਮਰ ਗਿਆ ਇੱਥੇ ਗਰਮੀ ਨਾਲ। ਆਪੀ ਪੀ ਲੈ ਚੱਕ ਕੇ। ਲੈ ਜੇ ਆਪੀ ਚੱਕ ਕੇ ਪੀਣਾ ਹੁੰਦਾ ਤੈਨੂੰ ਕਿਉਂ ਕਹਿੰਦਾ ਮੈਂ, ਲਿਆ ਦੇ ਪਾਣੀ ਦਾ ਇੱਥੇ, ਦੱਸ ਕੀ ਕਰਦੀ ਆ ਬੈਠੀ ਤੂੰ, ਫਿਰ ਡਿਊਟੀ ਵੀ ਜਾਣਾ ਹੈ। ਅਲਾ ਡੱਫ ਲਾ। ਆ ਕੀ ਹੁੰਦਾ ਡੱਫ ਲੈ? ਨਾ ਪੀ ਲਾ, ਵੈਸੇ ਗੱਲ ਕਹਾਂ, ਪਾਣੀ ਮੇਰੇ ਤੋਂ ਕਾਹਤੋਂ ਮੰਗਾਉਣਾ ਸੀ? ਪਾਣੀ ਉਹ ਤੋਂ ਮੰਗਾਉਂਦਾ ਜਿਹਨੂੰ ਕੱਲ੍ਹ ਬੋਤਲਾਂ ਫਟਫਟ ਫੜਾਉਂਦਾ ਸੀ ਪਾਣੀ ਦੀਆਂ। ਕਿਹਨੂੰ ਫੜਾਉਂਦੀ ਬੋਤਲਾਂ? ਬਾਲਣ ਭੋਲਾ ਨਾ ਬਣ, ਸਾਰੇ ਹੀ ਪਤਾ ਤੈਨੂੰ। ਉਹ ਹੁਣ ਕੀ ਹੋ ਗਿਆ ਯਾਰ, ਮੈਂ ਕਿਹਨੂੰ ਬੋਤਲ ਪਾਣੀ ਦੀ ਫੜਾਤੀ? ਇਹ ਗੱਲ ਦੱਸਾਂ? ਹਾਂ ਤੂੰ ਨਾ ਐਂ ਕਰ, ਐਂਬੂਲੈਂਸ ਲੈ ਲਾ, ਗਰਮੀ ਹੈਗੀ ਬਹੁਤ ਜ਼ਿਆਦਾ ਹਨਾ, ਕੁੜੀਆਂ ਹੀ ਚੱਕਰ ਖਾ ਖਾ ਡਿੱਗ ਰਹੀਆਂ, ਜਿਹੜੀ ਡਿੱਗ ਪਈ ਉਹੀ ਚੱਕ ਕੇ ਐਂਬੂਲੈਂਸ 'ਚ ਪਾ ਲਈ, ਜਿਹੜੀ ਡਿੱਗ ਪਈ ਉਹੀ ਚੱਕ ਕੇ ਐਂਬੂਲੈਂਸ 'ਚ ਪਾਤੀ, ਅੱਗੇ ਪਿੱਛੇ ਤੁਰਿਆ ਫਿਰ ਕਰ, ਠੀਕ ਹੈ? ਅੱਛਾ ਕੱਲ ਵਾਲੀ ਉਹ ਗੱਲ ਤੂੰ ਫੜੀ ਬੈਠੀ ਹਲੇ ਵੀ ਹੈ? ਕਿਉਂ ਫੜਾ ਨਾ? ਉਹ ਯਾਰ ਫਿਰ ਮੈਂ ਉਹਨੂੰ ਧੱਕੇ ਨਾਲ ਕਹਿ ਦੀ ਵੀ ਮੇਰੀ ਗੱਡੀ ਆ ਕੇ ਮੂਹਰੇ ਡਿੱਗਾ, ਜੇ ਕਿਤੇ ਉਹਦੀ ਗੱਡੀ ਵੱਜਦੀ ਦੱਸ ਆਪਾਂ ਕਿੱਥੇ ਜਾਂਦੇ? ਜੇ ਡਿੱਗ ਪਈ ਸੀ ਆਪਾਂ ਚੱਕ ਕੇ ਪਾਣੀ ਪਿਆ ਤਾਂ, ਗੋਲੀ ਲਿਆਵਾਂ ਜੀ ਅੱਜ ਘਰੇ ਚੱਲਦੇ ਆ, ਕਿਉਂ ਤੈਨੂੰ ਕੀ ਮਤਲਬ 100 ਕੁੜੀਆਂ ਡਿੱਗਣੀਆਂ ਚੱਕਰ ਖਾ ਖਾ ਇੱਕ ਨੂੰ ਘਰੇ ਲਿਆਇਆ ਕਰੇਗਾ? ਫਿਰ ਇਹ 'ਚ ਗਲਤ ਕੀ ਹੋ ਗਿਆ ਮੈਨੂੰ ਐਂ ਤਾਂ ਦੱਸਦੇ ਯਾਰ। ਹਜੇ ਤਾਂ ਤੇਰਾ ਵਿਆਹ ਵੀ ਨਹੀਂ ਹੋਇਆ ਮੇਰੇ ਨਾਲ, ਹਜੇ ਤਾਂ ਕੋਈ ਮੰਗਣਾ ਵੀ ਨਹੀਂ ਹੋਇਆ, ਤੂੰ ਪਹਿਲੇ ਕੁੜੀਆਂ ਪਿੱਛੇ ਚੱਕਰ ਲਾਉਂਦਾ ਫਿਰਦਾ। ਉਹ ਮੈਂ ਵੀ ਇਹੀ ਕਹਿਣਾ ਵੀ ਹਲੇ ਤਾਂ ਆਪਣਾ ਕੁਝ ਹੋਇਆ ਨਹੀਂ, ਤੂੰ ਤਾਂ ਪਹਿਲੀ ਬੋਲੀ ਲੱਗੀ। ਤੈਨੂੰ ਮੈਂ ਘੂਰਿਆ ਵੀ, ਤੂੰ ਮੇਰੀ ਘੂਰ ਵੀ ਨਹੀਂ ਮੰਨੀ। ਯਾਰ ਘੂਰ ਨੂੰ ਮੈਂ ਦੱਸ ਉਹਦੇ ਨਾਲ ਕਿੱਥੇ ਗਲਤ ਹੋ ਰਿਹਾ ਸੀਗਾ, ਮੈਂ ਤੈਨੂੰ ਪਾਣੀ ਦਿੱਤਾ ਇਕੱਲਾ, ਅਗਲੀ ਤਾਂ ਫਿਦਾ ਹੋ ਜਾਂਦੀ ਨਾ। ਹੈ ਤਾਂ ਹੁਣ ਰੱਬ ਨੇ ਹੁਸਨ ਬਹੁਤ ਦੇ ਰੱਖਿਆ ਮੈਨੂੰ, ਮੈਂ ਕੀ ਕਰਾਂ, ਐਡੇ ਵੀ ਕੋਈ ਹੁਸਨ ਨਹੀਂ ਦਿੱਤਾ, ਆ ਚੰਬਲ ਵੀ ਨਾ। ਹਾਂ ਤੂੰ ਮੇਰੀ ਸੁਣ ਗੱਲ, ਇਹ ਤੇਰਾ ਨਾ ਫਾਲਤੂ ਦਾ ਗੁੱਸਾ ਹੈ, ਇਹ ਤੇ ਨਾ ਬੋਲਣ ਦੀ ਲੋੜ ਨਹੀਂ ਹੈਗੀ। ਹੁਣ ਜੇ ਐ ਅਚਾਨਕ ਗਰਮੀ ਦੇ ਵਿੱਚ ਕੋਈ ਗਿਰ ਗਿਆ, ਉਹਨੂੰ ਚੱਕ ਕੇ ਆਪਾਂ ਬਿਠਾਤਾ, ਮਾੜੀ ਗੱਲ ਕੀ ਹੋ ਗਈ ਮੈਨੂੰ ਐ ਦੱਸ। ਚੱਕ ਕੇ ਬਿਠਾਤਾ, ਉਹਨੂੰ ਪਾਣੀ ਪਿਆਤਾ, ਠੀਕ ਹੈ ਨਾ, ਉਹ ਚੰਗੀ ਭਲੀ ਹੋਸ਼ ਚ ਆ ਗਈ ਸੀ, ਦੰਦ ਕੱਢੀ ਜਾਂਦੀ ਸੀ, ਤੈਨੂੰ ਕੀ ਲੋੜ ਸੀ ਕਹਿੰਦੀ, ਆਏ ਮੈਂ ਤੈਨੂੰ ਘਰੇ ਲੈ ਕੇ ਚੱਲਦਾ, ਤੈਨੂੰ ਹਸਪੀਟਲ ਲੈ ਕੇ ਚੱਲਦਾ, ਕਿਉਂ ਤੇਰੀ ਮਾਸੀ ਦੀ ਕੁੜੀ ਲੱਗਦੀ ਆ ਉਹ।
ਮੈਂ ਯਾਰ ਮੇਰਾ ਥੋੜਾ ਨਾ ਮਤਲਬ ਸੀਗਾ ਮਾਸੀ ਦੀ ਕੁੜੀ ਵਾਲਾ, ਮਤਲਬ ਤਾਂ ਮੈਨੂੰ ਸਾਰੀ ਸਮਝਦੇ ਮੁੰਡਿਆਂ ਦੇ ਮਤਲਬ ਕੀ ਹੁੰਦੇ ਆ, ਤੁਸੀਂ ਨਾ ਜਦ ਭੋਲੇ ਨਾ ਬਣਿਆ ਕਰੋ। ਉਹ ਲੈ ਯਾਰ ਇਹ ਚ ਭੋਲਾ ਬਣਨ ਵਾਲੀ ਕੀ ਗੱਲ ਹੈ, ਮੈਨੂੰ ਐਂ ਦੱਸ ਇਨਸਾਨੀਅਤ ਨਾਤੇ ਵਾਲੇ ਨੂੰ ਆਪਾਂ ਠਾ ਕੇ ਪਾਣੀ ਦੀ ਘੁੱਟੇ ਪਈ ਆ, ਆਪਾਂ ਕੋਈ ਮਾੜਾ ਕੰਮ ਕਰਤਾ ਦੱਸ, ਜੇ ਕੱਲ੍ਹ ਨੂੰ ਤੈਨੂੰ ਤੁਰੀ ਜਾਂਦੀ ਨੂੰ ਕੋਈ ਚੱਕਰ ਆ ਜਾਏ, ਤੈਨੂੰ ਕੋਈ ਪਾਣੀ ਦੀ ਬੋਤਲ ਫੜਾਵੇ, ਫਿਰ ਉਹ 'ਚ ਗੁੱਸਾ ਕਰਨ ਵਾਲੀ ਕੀ ਗੱਲ ਆ ਭਲਾ ਯਾਰ। ਅੱਛਾ ਹੁਣ ਤੂੰ ਇਹ ਚਾਹੁੰਦਾ ਵੀ ਮੈਨੂੰ ਵੀ ਚੱਕਰ ਆਉਣ, ਤੇ ਚੱਕਰ ਆਉਣ ਤੇ ਮੈਨੂੰ ਕੋਈ ਹੋਰ ਚੱਕੇ, ਤੂੰ ਨਾ ਨੇੜੇ ਤੇੜੇ ਹੋਵੇਂ ਮੇਰੇ, ਹੈ ਤੂੰ ਨਹੀਂ ਮੈਨੂੰ ਚੱਕ ਸਕਦਾ। ਉਹ ਲੈ ਫਿਰ ਇਹ 'ਚ ਕੀ ਆ ਯਾਰ, ਜੇ ਮੈਂ ਉਦੋਂ ਤੇਰੇ ਨਾਲ ਨਾ ਹੋਇਆ, ਚੱਕੂਆ ਤਾਂ ਹੈਗਾ ਤੈਨੂੰ ਆਖਰ ਨਾ ਕੋਈ। ਹਾਂ ਹੁਣ ਤੇ ਤੂੰ ਹੁਣੀ ਦੂਰ ਹੋਣ ਦੀਆਂ ਗੱਲਾਂ ਕਰਨ ਲੱਗ ਗਿਆ ਵੀ ਜੇ ਮੈਂ ਨਾਲ ਨਾ ਹੋਇਆ, ਤੇਰੀ ਸੋਚ ਹੀ ਇੱਥੋਂ ਤੱਕ ਆ ਵੀ ਹਾਂ ਮੈਂ ਤਾਂ ਦੂਰ ਹੋ ਜਾ। ਉਹ ਯਾਰ ਕਿਉਂ ਪੁੱਠੇ ਪੁੱਠੇ ਪਈ ਜਾਂਦੀ ਹੈ, ਕਿਹੜੀ ਰਾਸ਼ੀ ਦੇਖ ਲਈ ਅੱਜ ਤੈਨੇ ਓਏ। ਗੱਲ ਰਾਸ਼ੀ ਦੀ ਨਹੀਂ ਹੈਗੀ, ਜੇ ਤੇਰਾ ਆਹੀ ਲੱਛਣ ਹੋਏ ਨਾ ਮੈਂ ਨਹੀਂ ਤੇਰੇ ਨਾਲ ਰਹਿੰਦੀ, ਮੈਂ ਤਾਂ ਜਾਊਂਗੀ ਇੱਥੋਂ। ਉਹ ਨਹੀਂ ਰਹਿਣਾ ਤੂੰ ਨਾ ਰਹਿ ਯਾਰ, ਮੈਂ ਕਿਹੜਾ ਤੈਨੂੰ ਕੋਈ ਚਿੱਠੀ ਪਾਈ ਆ ਉਰੇ ਰਹਿਣ ਨੂੰ, ਐਵੇਂ ਮਰੀ ਜਾਂਦੀ ਹੈ, ਨਾਲੇ ਕੋਈ ਗੱਲ ਹੈ ਬਿਨਾਂ ਗੱਲ ਤੋਂ ਪਾਰਾ ਵਧਾਈ ਖੜੀ ਹੈ। ਪਾਰਾ ਤਾਂ ਹੁਣ ਆਈ ਵਧਿਆ ਕਰੂਗਾ। ਮੇਰੀ ਜੁੱਤੀ ਠੀਕ ਹੈ, ਉਹ ਤਾਂ ਮਤਲਬ ਕਿ ਨਾਲੀ ਵਾਲੀ ਇੱਟ ਦੀ ਚਵਾਰੇ ਨੂੰ ਲੱਗ ਗਈ ਸੀਗੀ, ਹੁਣ ਨਾਖਰਾ ਤਾਂ ਫਿਰ ਹੋਊ ਗਈ, ਨਾਲੇ ਇਹੋ ਜਿਹਾ ਨੂੰ ਜਾਜੂਦ ਨਹੀਂ ਕਰੀਦਾ ਹੁੰਦਾ। ਉਹ ਯਾਰ ਆਹੀ ਜੀ ਗੱਲ ਨਾ ਕਰ, ਮੇਰੀ ਗੱਲ ਸੁਣ ਲੈ, ਨਹੀਂ ਦੇਖਦਾ ਮੈਂ ਕਿਸੇ ਕੁੜੀ ਨੂੰ, ਨਹੀਂ ਮੈਂ ਅੱਗੇ ਤੋਂ ਕਿਸੇ ਨੂੰ ਚੱਕਦਾ, ਅੱਗੇ ਤੋਂ ਕਿਸੇ ਕੁੜੀ ਨੂੰ ਦੇਖਣਾ ਨਹੀਂ। ਉਹ ਯਾਰ ਤੇਰੇ ਚਾਹ ਕੀ ਹੋ ਗਿਆ, ਤੂੰ ਚੰਗੀ ਭਲੀ ਤਾਂ ਹੈਗੀ ਦੀ, ਝਾੜ ਕਰੀਏ ਨਹੀਂ ਤੇਰੇ ਨਾਲ। ਹਾਂ ਚੱਲ ਚੰਗਾ ਫਿਰ, ਐਂ ਕਰ, ਮੇਰੀ ਗੱਲ ਸੁਣੋ, ਅੱਗੇ ਤੋਂ ਨਾ ਐ ਨਹੀਂ ਕਰਨਾ ਹੈਗਾ, ਠੀਕ ਹੈ ਨਾ। ਮੈਂ ਸੀ ਕਿਹਦੇ ਨਾਲ, ਮੈਂ ਆਪੇ ਪਾਣੀ ਫੜਾਉਂਦੀ, ਮੈਂ ਆਪੇ ਗੋਲੀ ਦਿੰਦੀ, ਮਤਲਬ ਅੱਗੇ ਤੋਂ ਕੁੜੀ ਨੂੰ ਨਹੀਂ ਚੱਕਣਾ, ਹਾਂ ਵੀ ਪਾਣੀ ਵੀ ਨਹੀਂ ਪਿਉਣਾ, ਹਾਂ ਗੋਲੀ ਵਾਲੀ ਗੱਲ ਨਹੀਂ, ਐਦਾਂ ਵੀ ਕੋਈ ਨਹੀਂ, ਜਦ ਜੇ ਕੋਈ ਪਈ ਐ ਵਿਚਾਰੀ, ਚੱਲ ਪਾਣੀ ਪਿਆਤਾ। ਆ ਫਿਰ ਉਹ ਵੀ ਤਾਂ ਮੈਂ ਐਂ ਕਰਿਆ ਸੀਗਾ, ਫਿਰ ਤੂੰ ਤਾਂ ਘਰੇ ਲੈ ਕੇ ਆਉਣਾ ਉਹਨੂੰ, ਮੈਂ ਘਰੇ ਘਰੇ ਲੈ ਕੇ ਆਉਣਾ ਯਾਰ, ਮੈਂ ਦੱਸ ਕਿ ਉਹਨੂੰ ਵਿਆਹ ਕੇ ਲੈ ਕੇ ਆਉਂਦਾ ਦੀਗਾ, ਫਿਰ ਘਰੇ ਵੀ ਕਿਉਂ ਲੈ ਕੇ ਆਉਂਦਾ, ਤੂੰ ਤਾਂ ਐਂ ਕਰਦੀ ਜਿਵੇਂ ਘਰ ਵਾਲੀ ਹੁੰਦੀ ਐ ਯਾਰ, ਤੂੰ ਘਰ ਵਾਲੀ ਬਣ ਜੂਗੀ ਫਿਰ, ਮੈਂ ਬਸ ਥੋੜਾ ਟਾਈਮ ਹੀ ਜਾਂਦਾ। ਚੱਲ ਚੰਗਾ ਚਾਹ ਦੀ ਘੁੱਟ ਬਣਾ ਦਿਓ ਮੈਡਮ ਜੀ, ਤੁਹਾਡੇ ਜਿਹੜੇ ਸਕੂਲ ਵਾਲੇ ਜਵਾਕ ਨੇ ਉਹ ਰੋਂਦੇ ਹੋਣੇ, ਉਹ ਕੀ ਸਿੱਖਣਗੇ ਤੁਹਾਡੇ ਤੋਂ, ਬਸ ਠੀਕ ਹੈ, ਜਿੱਦਾਂ ਮੇਰੇ ਨਾਲ ਜਾਂਦੇ ਹੋ। ਠੀਕ ਹੈ ਮੇਰੀ ਗੱਲ ਸੁਣੋ, ਇਦੋਂ ਮੁੜ ਕੇ ਇਹੋ ਜਿਹੀ ਗਲਤੀ ਨਹੀਂ ਹੋਣੀ ਚਾਹੀਦੀ, ਚਾਹ ਮੈਂ ਤੁਹਾਨੂੰ ਬਣਾ ਕੇ ਲਿਆ ਦਿੰਦੀ ਹਾਂ। ਮੁਰਗਾ ਬਣ ਜਾ ਨਾ, ਬਸ ਕੋਈ ਨਾ, ਸਕੂਲ ਵਾਲੀਆਂ ਆਦਤਾਂ ਘਰੇ ਚਲਾਉਣੀ ਹੈ, ਮੁਰਗਾ ਵੀ ਬਣਾ ਦੂੰਗੀ, ਕੋਈ ਗੱਲ ਨਹੀਂ, ਸਕੂਲ ਵਾਲੀਆਂ ਆਦਤਾਂ ਨਾ ਘਰੇ ਨਾ ਚਲਾਇਆ ਕਰ, ਇਹ ਤੇਰੇ ਉਹ ਜਵਾਕਾਂ ਦੀ ਚੱਲਦੀਆਂ ਹੋਣਗੀਆਂ, ਸਮਝ ਗਈ। ਸਮਝ ਨਹੀਂ ਆਉਂਦੀ ਹੈਗੀ, ਬਿਨਾਂ ਗੱਲ ਤੋਂ ਨਾ ਕਰੇ, ਜੇ ਮਾੜਾ ਜਿਹਾ ਨਾ ਤਾਂ ਕਰਨ ਲੱਗ ਜਾਓ ਨਾ, ਊਂ ਸਿਰ 'ਤੇ ਬੈਠ ਜਾਂਦੀਆਂ ਨੇ, ਗਲੀਆਂ ਕਰਨ ਤੱਕ ਜਾਣਗੀਆਂ ਸਿਰ 'ਚ। ਕੀ ਕਹੀ ਜਾਂਦੇ ਆ? ਉਹ ਕੁਛ ਨਹੀਂ, ਮੈਂ ਤਾਂ ਇਹ ਕਹਿੰਦੀ ਵੀ ਦੇਖ ਲਈ ਚਾਹ ਪੱਤੀ ਹੈਗੀ ਹੈ ਕਿ ਨਾ, ਫਿਰ ਬੇਬੇ ਨੂੰ ਕਹੂੰਗਾ ਨਾਲੇ, ਭਾਈ ਇਹਦਾ ਮੇਰੇ ਕੰਨੀ ਰਹਿੰਦਾ ਕੰਨ ਇਹਦਾ ਸਾਰਾ ਦਿਨ। ਚੱਲ ਆ ਲੈ ਦੇਖ ਲੈ, ਨੀ ਮੈਨੂੰ ਮਾੜਾ ਜਿਹਾ ਨਹੀਂ ਪਰਾਂ ਹੋਣ ਦਿੰਦੇ, ਨਹੀਂ ਉਹਦੀ ਲੱਗ ਜਾਂਦੇ ਨੇ ਕਾਂ ਕਾਂ ਕਰਨ, ਕਾਵਾਂ ਰੌਲੀ ਪਾਈ ਰੱਖਦੇ, ਆ ਜਿਹੜੀਆਂ ਉਹ ਹੁੰਦੀਆਂ ਨੇ ਕੀ ਉਹ ਮੋਡਵਾਂ ਜਾਂ ਉਹਨਾਂ ਵਾਂਗੂ ਲੜੀ ਜਾਂਦੇ ਨੇ, ਹਲੇ ਕਹਿੰਦੇ ਅਸੀਂ ਵਿਆਹ ਕਰਾਉਣਾ, ਵੀ ਗਾਹਾਂ ਵਾਲੀ ਜ਼ਿੰਦਗੀ ਇਹ ਕਿਵੇਂ ਲੰਘਾਉਣਗੇ, ਨੀ ਮੈਂ ਮਰ ਜਾ ਨੀ ਦੇਖ ਲੈ। ਹੋਇਆ ਮਾੜਾ ਮੋਟਾ ਬੋਲ ਪਏ ਜਵਾਕ, ਉਹ ਸੁਣਦੇ ਨੇ ਉੱਚੀ 'ਚ, ਮੈਂ ਵੀ ਆਖਿਆ ਕਿਉਂ ਬੋਲਦੇ ਨੇ, ਆ ਗਈ ਸੀ ਲੱਸੀ ਲੈਣ, ਇਹਨਾਂ ਦੇ ਹਰ ਕੇ ਭੱਜ ਕੇ ਆਉਣਾ ਪੈ ਗਿਆ, ਦੇਖ ਲੈ ਬੇ ਮੁੰਡਿਆ। ਹਾਂ ਮਾਂ। ਬੇ ਮਾਂ ਦੇ ਲੱਗਦਾ ਸਾਰਾ ਦਿਨ ਲੜਾਈ ਤੋਂ ਵਿਹਲ ਮਿਲਦੀ ਹੈ ਸਾਨੂੰ, ਕਿਤੇ ਕਿੱਥੇ ਵੜ ਰਿਹਾ ਤੂੰ? ਓਏ ਆ ਦੀਆ ਕੱਖ ਲੱਗ ਰਿਹਾ ਪਾਉਣਾ। ਕੱਖ ਪਾਉਣ ਲੱਗ ਤਾਂ ਲੜਨ ਰਿਹਾ, ਕੱਖ ਨਹੀਂ ਪਾਉਂਦਾ ਲੜਾਈ ਕਰਨ ਲੱਗ ਰਿਹਾਗਾ, ਮਾੜੀ ਮਾੜੀ ਸੰਗ ਸਰਮ ਮੰਨ ਲਿਆ ਕਰੋ, ਉਹ ਸੁਣ ਦਿਓ ਚਾਰ ਘਰਾਂ ਦੇ ਲੜਦੇ। ਉਹ ਕੀ ਹੋ ਗਿਆ ਮਾਂ? ਮਾੜੀ ਮਾੜੀ ਐਂ ਵੀ ਦੇਖ ਲਿਆ ਕਰੋ ਵੀ ਲੋਕਾਂ ਦੇ ਸੁਣਦੇ ਗੁਆਂਢੀ ਕੀ ਕਹਿਣਗੇ।
ਉਹ ਕੀ ਚਾਰ ਕਰਾਂ ਦੇ ਸੁਣਦਾ ਮਾਂ, ਕੀ ਹੋ ਗਿਆ? ਹੋਣਾ ਕੀ ਸੀ, ਅੱਜ ਜਿਹੜਾ ਸਾਰਾ ਦਿਨ ਕਾਟੋ ਕਲੇਸ਼ ਰੱਖਦੇ ਹੋਗੇ ਤੁਹਾਡੇ ਨਾਲ, ਤਾਂ ਜਿਹੜੇ ਖੇਤਾਂ 'ਚ ਕਾਟੋਆਂ ਜਿਹੀਆਂ ਬੋਲਦੀਆਂ ਹੁੰਦੀਆਂ ਮੋਡਵਾਂ ਜੀਆਂ, ਉਹ ਵੀ ਘੱਟ ਰੌਲਾ ਪਾਉਂਦੀਆਂ ਹੋਣੀਆਂ। ਉਹ ਕੋਈ ਰੌਲਾ ਪਾਇਆ ਨਹੀਂ, ਆਪਦੇ ਘਰ ਦੀਆਂ ਗੱਲਾਂ ਨੇ ਜੇ ਹੱਸ ਖੇਡ ਕੇ ਕਰ ਲਈਆਂ ਫਿਰ ਦੱਸ ਕੀ ਹੋ ਗਿਆ। ਪੁੱਤ ਜੇ ਤੁਸੀਂ ਹੱਸ ਖੇਡ ਕੇ ਗੱਲਾਂ ਕਰੋ ਨਾ, ਮੇਰਾ ਤਾਂ ਸਿਰ ਖੂਨ ਵਧੇ ਬੇ, ਤੁਹਾਨੂੰ ਹੱਸਦੇ ਖੇਡਦੇ ਨੂੰ ਦੇਖ ਕੇ ਮੈਨੂੰ ਬਥੇਰੀ ਖੁਸ਼ੀ ਹੁੰਦੀ ਆ, ਪਰ ਤੁਹਾਡੀ ਤਾਂ ਲੜਾਈ, ਮੈਂ ਉਹਨਾਂ ਦੇ ਤੇਰੇ ਤਾਈ ਕੇ ਲੱਸੀ ਲੈਣ ਗਈ ਸੀ, ਉੱਥੇ ਸੁਣਦੇ ਹੋ ਤੁਸੀਂ ਲੜਦੇ? ਐਂ ਕਹਿਣਾ ਵੀ ਤੁਹਾਨੂੰ ਚੁਗਲੀਆਂ ਕਰਦੇ ਨੂੰ ਅਸੀਂ ਡਿਸਟਰਬ ਕਰਤਾ, ਤੇਰੀਆਂ ਚੁਗਲੀਆਂ ਵਿੱਚ ਰਹਿ ਗਈਆਂ ਹੋਣੀਆਂ, ਹੋਰ ਕੀ ਹੈ? ਦੇਖ ਲੈ ਤੂੰ ਨਾ, ਉਹੀ ਗੱਲ ਹੈ, ਉਲਟਾ ਚੋਰ ਕੋਤਵਾਲ ਕੋ ਤਾੜੇ। ਉਹ ਕੁਛ ਨਹੀਂ ਹੋਇਆ ਹੈ ਜਾ, ਅਸੀਂ ਤਾਂ ਮਨਿੰਦਰ ਅੰਦਰ ਸੀ, ਮੈਂ ਚਾਹ ਵਾਸਤੇ ਬੋਲ ਮਾਰਿਆ ਸੀ, ਹੋਰ ਕੋਈ ਗੱਲ ਨਹੀਂ ਹੈਗੀ। ਲੜਨ ਵਾਲੀ ਵਧੀਆ ਜੀ, ਲਾ ਕਲਾਸ, ਇਹ ਜਾਂਦੀਆਂ ਨੂੰ ਤਾਂ ਪਾਣੀ ਪੁੱਛਦਾ ਕੁੜੀਆਂ ਨੂੰ, ਇਹ ਰਾਹ ਜਾਂਦੀਆਂ ਨੂੰ। ਤੇਰੀ ਕਸਰ ਰਹਿ ਗਈ ਤੀ, ਅੱਗ ਲਾਇਆ ਡੱਡੂ ਕੰਧ ਤੇ ਹੀ ਰਹਿੰਦਾ, ਮੈਂ ਕਿਹਨੂੰ ਹੁਣ? ਆਪਣੀ ਗੱਲ ਨਿਪਟਦਾ ਗਈ, ਡੱਡੂ ਕੰਧ ਤੇ ਨਹੀਂ ਹੁੰਦਾ, ਕੁੱਤਾ ਹੁੰਦਾ। ਆਪਣੀ ਗੱਲ ਤਾਂ ਨਿਪਟਦਾ ਗਈ, ਦੇਖ ਲੈ ਇਹਨੂੰ ਮੁਹਾਵਰੇ ਵੀ ਨਹੀਂ ਆਉਂਦੇ। ਨਾ ਮੇਰੀ ਗੱਲ ਸੁਣ ਵੇ, ਨਾ ਕੀ ਕਹਿੰਦੇ ਆ ਕੁੜੀ ਮੈਨੂੰ ਤਾਂ, ਸੀ ਮੈਂ ਕੀ ਕਿਹਾ ਯਾਰ ਤੈਨੂੰ? ਮੰਮੀ ਕੁੜੀ ਨੂੰ ਨਾ ਪਾਣੀ ਪੁੱਛਦਾ ਰਾਹ ਜਾਂਦੇ ਨੂੰ, ਉਹ ਕਹਿੰਦਾ ਅੱਜ ਘਰੇ ਚੱਲਦੇ ਆ। ਲਾਵਾ ਉਹ ਮੈਂ ਕਿਸੇ ਨੂੰ ਨਹੀਂ ਪੁੱਛਿਆ, ਕੱਲ ਅਸੀਂ ਜਦੋਂ ਗਏ ਹੋਏ ਸੀਗੇ ਲਹਿਰੇ ਗਏ ਹੋਏ ਸੀਗੇ, ਆਉਂਦੇ ਹੋਏ ਗੱਡੀ ਮੂਹਰੇ ਕੁੜੀ ਚੱਕਰ ਖਾ ਕੇ ਡਿੱਗੀ, ਮੈਂ ਉਹਨੂੰ ਬਾਂਹ ਫੜ ਕੇ ਖੜੀ ਕਰਤਾ, ਉਹਨੂੰ ਪਾਣੀ ਪੈ ਰਿਹਾ ਤੇ ਗੋਲੀ, ਉਹ ਗੱਲ ਨੂੰ ਪਤੰਗੜ ਬਣਾਈ ਫਿਰਦੀ ਹੈ। ਓਕੇ ਪਾਣੀ ਪਿਆ ਤਾਂ, ਚੱਲ ਕੋਈ ਗੱਲ ਨਹੀਂ, ਆ ਜਾਓ ਜੀ ਘਰੇ ਚੱਲਦੇ ਆ। ਹੁਣ ਗੱਲ ਨਿਪਟਦਾ ਗਈ, ਦੱਸੂ ਮੈਂ ਤਾਂ। ਮੇਰੀ ਗੱਲ ਸੁਣ ਵੇ, ਪਹਿਲਾਂ ਨੰਬਰ ਤਾਂ ਨਾ ਤਾਂ ਜਨਤਾ ਦਾ ਠੇਕਾ ਨਹੀਂ ਲੈ ਰੱਖਿਆ, ਨਾਲੇ ਅੱਜ ਕੱਲ੍ਹ ਕੁੜੀਆਂ ਬਹੁਤ ਦੂਰ ਲੰਘੀਆਂ ਹੋਈਆਂ ਨੇ, ਤੂੰ ਉਹ ਡਿੱਗ ਵੀ ਜਾਣ ਕੇ ਡਰਾਮਾ ਕਰਦੀ ਹੋਵੇ ਤੇ ਖੜੀ ਕਰੀ, ਐਂ ਨਹੀਂ ਪਤਾ ਤੇਰੀ ਗੱਲ ਪੈ ਜੇ। ਗੱਲ ਪੈ ਸਹੀ ਕਰ, ਸੋਨੇ ਦੀ ਚੈਨ ਪਾਈ ਫਿਰਦਾ ਨਹੀਂ ਪਤਾ, ਲਾ ਕੇ ਲੈ ਜਾਂਦੀ। ਤੇਰੀ ਬੜੀ ਨਿਗਾਹ ਪੈਂਦੀ ਹੈ ਸੋਨੇ ਦੀ ਚੈਨ ਤੇ, ਮੈਨੂੰ ਤਾਂ ਲੱਗਦਾ ਗੱਲ ਤੂੰ ਪੈਣ ਨੂੰ ਫਿਰਦੀ ਹੈ। ਕੋਈ ਕਹਿੰਦੀ ਲਵਾਈ ਲਊਂਗੀ ਮੈਂ, ਮੇਰੀ ਗੱਲ ਸੁਣ ਲਓ ਹੁਣ, ਇੱਕ ਗੱਲ ਹੋਰ ਦੱਸਦੀ ਆ ਪੁੱਤ, ਐਂ ਨਾ ਜੇ ਕੋਈ ਡਿੱਗ ਡੁੱਗ ਜੇ ਪੰਜੀ ਉਂਗਲਾਂ ਕਿਸਾਰ ਵੀ ਨਹੀਂ ਹੁੰਦੀਆਂ, ਉਹਦੀ ਮਦਦ ਵੀ ਕਰਨੀ ਚਾਹੀਦੀ। ਫਿਰ ਉਹੀ ਤਾਂ ਕਰੀ ਸੀ, ਉਹੀ ਤਾਂ ਕਰੀ ਸੀ ਸਵੇਰ ਦੀ ਖਾਣ ਪੀਣ। ਮੇਰੀ ਗੱਲ ਸੁਣੋ, ਮੇਰੇ ਦੱਸ ਘਰੇ ਲਿਆਉਂਦੀ ਕੀ ਲੋੜ, ਕਹਿੰਦੇ ਕਰੋ ਚਲੋ ਜੀ ਘਰੇ ਚੱਲਦੇ ਆ ਜੀ। ਉਹ ਹੁਣ ਬਗਾਨੇ ਬਾਹਰ ਤਰਸ ਆਉਂਦਾ ਮਾਂ, ਮੈਂ ਤਾਂ ਤਰਸ ਕਰਦਾ ਨਹੀਂ ਅਕਬਤ, ਮੈਨੂੰ ਕਰ ਜਾ ਚੁੱਪ ਕਰ, ਤੇ ਖਿੱਚ ਕੇ ਮੁੱਕੀ ਮਾਰੀ ਆ ਬੇ, ਮੈਂ ਮਰ ਜਾ ਬੇ। ਹਰਦੀ ਨਹੀਂ ਹੈਗੀ, ਬਗਾਨੇ ਪਿੰਡ ਦੀ ਸੀਗੀ, ਮੈਨੂੰ ਐ ਦੀ ਮਾਂ ਚੱਲ ਵੀ ਕੋਈ ਆਈ ਗਈ ਹੁੰਦੀ ਆ ਵੀ ਚੱਲ ਫੇਰ ਦੱਸ। ਉਹ ਦੇਖ ਲੈ ਲੈ ਪੰਜਰਾ ਲਵਾ ਕੇ ਰੱਖ, ਉਹ ਡਰਾਮੇ ਕਰਦੀ ਆ, ਡਰਾਮੇ ਕਰਦੀ ਆ, ਕੁਛ ਨਹੀਂ ਹੋਇਆ ਇਹਨੂੰ, ਰੋਇਨ ਕਰਦੀ ਤੇ। ਮੇਰੀ ਗੱਲ ਸੁਣ ਲੈ ਮੁੰਡਿਆ, ਤੂੰ ਨਾ ਹਿਸਾਬ ਨਾ ਰਿਹਾ ਕਰ ਪੁੱਤ, ਇਹ ਦੁਨੀਆ ਬਹੁਤ ਖਰਾਬ ਹੈਗੀ, ਉਈ ਗੱਲ ਪੈ ਜਾਂਦੇ ਨੇ ਅੱਜ ਕੱਲ। ਹਾਂ ਦੁਨੀਆ ਤਾਂ ਬਹੁਤ ਖਰਾਬ ਹੈ, ਗੱਲ ਤਾਂ ਪਈਏ ਰਹਿੰਦੀ ਹੈ ਦੁਨੀਆ। ਕਿਹੜੀ ਦੁਨੀਆ ਦੀ ਗੱਲ ਕਰਦਾ ਬਈ ਤੂੰ? ਕਿਸੇ ਦੀ ਗੱਲ ਨਹੀਂ ਕਰਦਾ, ਹੋਮ ਮਿਨਿਸਟਰ ਜੀ, ਮੈਂ ਕੰਮ ਧੰਦਾ ਕਰਨ ਨਿਬੇੜ ਕੇ ਮੈਂ ਡਿਊਟੀ ਤੇ ਜਾਣਾ, ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਕਰ ਲਾਂ ਕੰਮ। ਵੀ ਲੈ ਜੀ ਨਾਲ, ਕੋਈ ਚੱਕਰ ਖਾ ਕੇ ਫੇਰ ਡਿੱਗੀ ਪਈ ਹੋ ਸੜਕ ਤੇ, ਚੱਕ ਲਈ ਛੱਡੀ ਨਾ ਕੋਈ ਕਸਰ, ਅੱਗ ਲਾਉਣ ਕਨੀਓ। ਪੁੱਤ ਤੂੰ ਸਿਆਣਾ ਬਣ, ਦੇਖ ਤੇਰੀ ਜ਼ਿੰਦਗੀ 'ਚ ਮਸਾਂ ਹਾਸੀ ਖੇਡੇ ਆਏ ਨੇ। ਸਿਆਣੀ ਆ ਮਾਤਾ, ਤੂੰ ਵੀ ਉਹਦੇ ਪਿੱਛੇ ਲੱਗ ਜਾਂਦੀ ਆ, ਮੈਨੂੰ ਐਂ ਦੱਸ ਜੇ ਤੈਨੂੰ ਚੱਕਰ ਆ ਗਿਆ, ਤੂੰ ਗਿਰ ਗਈ, ਜੇ ਤੈਨੂੰ ਕਿਸੇ ਨੇ ਪਾਣੀ ਦੇ ਤਾਂ ਕੋਈ ਗਲਤ ਗੱਲ ਹੋਊਗੀ। ਬੇ ਮੇਰੀ ਤਾਂ ਉਮਰ ਕਿੱਥੇ, ਮੈਂ ਤਾਂ 50 ਸਾਲ ਦੀ ਹੋ ਰਹੀਆਂਗੀ, ਆ ਨਿੱਕੇ ਨਿੱਕੇ ਕੁੜੀਆਂ ਜਿਹਨੇ ਉਈ ਗੱਲ ਪੈਂਦੀ ਫਿਰਦੇ ਨੇ ਤੇਰੇ ਵਰਗੇ ਮੁੰਡਿਆਂ ਦੇ। ਹਾਂ ਇਹ ਵੀ ਆ, ਸੋਹਣਾ ਸੁਨੱਖਾ ਕਿਤੇ ਮਿਲਦਾ, ਹਾਂ ਐਡਾ ਲੰਮਾ ਲੂੰਜਾ ਪੁੱਤਾ ਮੇਰਾ। ਚੰਗਾ ਚੱਲ ਚੰਗਾ, ਹੁਣ ਬਹੁਤ ਮਿੱਠੀਆਂ ਹੋ ਗਈਆਂ, ਸਾਰਾ ਦਿਨ ਉਹਦਾ ਪੱਖ ਨਾ ਪੂਰਾ ਕਰ, ਮਾੜਾ ਮੋਟਾ ਆਪਦੇ ਪੁੱਤ ਦਾ ਵੀ ਦੇਖ ਲਿਆ ਕਰ। ਮੈਂ ਮੇਰੇ ਪੁੱਤ ਦਾ ਹੀ ਪੱਖ ਬੋਲਦੀ ਆ, ਉਹ ਵੀ ਮੇਰੇ ਪੁੱਤ ਦੇ ਮੰਗਦੀ ਆ। ਚੰਗਾ ਨੂੰ ਮੈਂ ਜਾਣਾ, ਚਲ ਰੋਟੀ ਜਾਣਾ, ਮੈਨੂੰ ਬਾਗ ਜਾਣ ਦੋ। ਮੇਰੀ ਗੱਲ ਕੱਖ ਕੰਡੇ ਕਿੰਨੀ ਨਹੀਂ ਵੇਲ ਮਿਲਦੀ ਹੈਗੀ। ਹਾਂ ਕੱਖ ਕੰਡਾ ਮੈਂ ਆਪੇ ਪਾ ਦੂੰਗੀ, ਤੂੰ ਨਾ ਕੇ ਤਿਆਰ ਹੋ ਜਾ ਜਾ। ਹਾਂ ਸੱਚ ਕੋ ਬਾਪੂ ਦਾ ਫੋਨ ਆਇਆ ਸੀਗਾ। ਹਾਂ ਬਾਪੂ ਰੇ ਉੱਥੇ ਹੇਮਕੁੰਡ ਪਹੁੰਚ ਗਏ, ਹੇਮਕੁੰਡ ਸਾਹਿਬ। ਅੱਛਾ ਯਾਤਰਾ ਤੇ ਗਿਆ ਬਾਪੂ, ਤੈਨੂੰ ਪਤਾ ਤਾਂ ਹੈਗਾ। ਬੇ ਪਤਾ ਹੈ, ਮੈਂ ਹੀ ਤੋਰਿਆ ਸੀ ਬੈਗ ਭਰ ਕੇ, ਪੈਸੇ ਕਢਾ ਕੇ ਖੜ ਗਿਆ, ਨਾਲੇ ਮੈਂ ਕਿਹਾ ਤੀ ਜਾਣ ਸਨ ਜਾਂਦੇ ਜਾਂਦੇ ਨੂੰ, ਮੈਂ ਪੈਸੇ ਨਾ ਕਢਾ ਲਈ ਕਿਸੇ ਤੋਂ, ਬਟੂਆ ਲੈ ਗਿਆ ਕੋਈ ਕੱਢ ਕੇ ਜੇਬ ਚੋਂ। ਉਹਦੇ ਨਾ ਐਂ ਬਣੇ, ਜੇ ਮੈਂ ਕਹਦਾ ਨਾ ਮੈਂ ਸ਼ਹਿਰ ਜਾਣਾ ਸੂਟ ਲੈਣਾ ਜਾਂ ਕੋਈ ਚੀਜ਼ ਲੈਣੀ, ਮੇਰੇ ਕੋਲ ਕਿੱਥੇ ਨਾ ਹੈ ਨਹੀਂ, ਮੇਰੇ ਕੋਲ ਤਾਂ ਤੁਹਾਡੇ ਕੋਲ ਹੋਣਗੇ, ਲੈ ਜਾਓ ਆ, ਵਧੀਆ ਹੋ ਗਿਆ ਕੱਢ ਲਿਓ ਉਹਦੇ ਪੈਸੇ। ਚੱਲ ਚੰਗਾ, ਚੱਲ ਪੁੱਤ ਮੈਂ ਪਾ ਦੂੰਗਾ, ਅੱਖ ਤੂੰ ਤਿਆਰ ਹੋ ਜਾ, ਮੈਂ ਨਿਬੇੜਦਾ ਨਾ ਰੋਟੀ ਪਾਣੀ ਬਣਾ ਦੇ। ਆਪੀ ਪਾ ਦੂੰਗੀ ਮੈਂ, ਪੈ ਗਿਆ ਬਸ, ਆ ਰਹਿ ਗਿਆ ਇੱਕ ਟੋਕਰਾ ਰਹਿ ਗਿਆ ਬਸ।
ਆਹੋ ਹੁਣ ਇਹ ਕੰਮ ਕਰਨ ਵਾਲੇ ਆ ਗਏ। ਕੋਈ ਨਹੀਂ ਮੈਡਮ, ਜੇ ਤੈਨੂੰ ਨਾ ਬਾਹਾਂ ਉੱਤੇ ਚੱਕ ਕੇ ਭਜਾਇਆ ਨਾ ਗਰਾਊਂਡ 'ਚ, ਤੂੰ ਕੀ ਜਾਣੇਗੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਅੱਛਾ ਬੇਟਾ, ਕਿੱਥੇ ਹੋ ਤੁਸੀਂ? ਨਹੀਂ ਬੇਟਾ, ਮੈਂ ਤਾਂ ਨਾ ਇੱਧਰ ਲਹਿਰੇ ਆਇਆ ਹੋਇਆ ਸੀਗਾ ਦਫ਼ਤਰ ਦੇ ਕੰਮ, ਮੈਂ ਸੋਚਿਆ ਚਲੋ ਅਮਰਿੰਦਰ ਨੂੰ ਮਿਲ ਕੇ ਚਲਾਂ। ਹਾਂ ਹਾਂ, ਕਿੱਥੇ ਬੇਟਾ? ਸਕੂਲ? ਅੱਛਾ ਹਾਂ, ਕੋਈ ਗੱਲ ਨਹੀਂ ਬੇਟਾ, ਉਰੇ ਆ ਕੇ ਮਿਲਦਾ ਫਿਰ ਮੈਂ ਤੁਹਾਨੂੰ। ਹਾਂ ਹਾਂ, ਕੋਈ ਗੱਲ ਨਹੀਂ, ਠੀਕ ਹੈ ਬੇਟਾ, ਓਕੇ। ਡੈਡੀ ਤੁਸੀਂ ਠੀਕ ਹੋ? ਹਾਂ ਠੀਕ ਹੈ ਬੇਟਾ, ਤੁਸੀਂ ਦੱਸੋ ਠੀਕ ਠਾਕ? ਵਧੀਆ, ਮੈਂ ਤਾਂ ਬਹੁਤ ਵਧੀਆ। ਮੰਮੀ ਕਿਵੇਂ ਸੀ? ਬਹੁਤ ਵਧੀਆ ਨੇ ਮੰਮੀ। ਬੋਲੇ ਤਾਂ ਨਹੀਂ ਹੁਣ ਕੁਛ ਤੁਹਾਨੂੰ? ਨਾ ਨਾ, ਕੀ ਬੋਲਣਾ ਤੇਰੇ ਮੰਮੀ ਨੇ? ਮੈਂ ਜਾ ਕੇ ਆਈ ਸੀ ਨਾ, ਮੇਰੇ ਨਾਲ ਲੜਦੀ ਸੀ, ਤੂੰ ਆਈ ਨਹੀਂ ਹੈਗੀ, ਤੂੰ ਆਉਂਦੀ ਨਹੀਂ ਹੈਗੀ, ਐਂ ਤਾਂ ਸਮਝਦੇ ਨਹੀਂ ਹੈਗੇ, ਮੈਨੂੰ ਤਾਂ ਛੁੱਟੀਆਂ ਹੀ ਨਹੀਂ ਮਿਲਦੀਆਂ ਡੈਡੀ, ਮੈਂ ਕਿਵੇਂ ਆਵਾਂ? ਉਹ ਤਾਂ ਤੈਨੂੰ ਪਤਾ ਹੀ ਹੈ ਪੁੱਤ, ਤੇਰੀ ਮੰਮੀ ਦਾ ਸੁਭਾਅ। ਕੋਈ ਗੱਲ ਨਹੀਂ, ਤੂੰ ਉਹਦੀ ਗੱਲ ਛੱਡ, ਐਂ ਦੱਸ ਤੇਰਾ ਠੀਕ ਹੈ, ਪੜ੍ਹਾਈ ਵਧੀਆ ਚੱਲ ਰਹੀ? ਹਾਂ ਹਾਂ, ਸਾਰਾ ਕੁਛ ਵਧੀਆ, ਸਟਾਫ ਵੀ ਬਹੁਤ ਵਧੀਆ, ਬਾਕੀ ਇੰਨੇ ਜਵਾਕ ਵੀ ਬਹੁਤ ਹੁਸ਼ਿਆਰ ਨੇ ਸਾਰੇ। ਬੇਟਾ ਦੇਖ, ਮੈਂ ਤਾਂ ਐਂ ਕਹਿੰਦਾ ਸੀਗਾ ਜੇ ਤੇਰੀ ਬਦਲੀ ਹੋ ਗਈ ਸੀ ਤੂੰ ਆ ਜਾਂਦੀ ਉੱਥੇ। ਪਤਾ ਕੀ ਗੱਲ ਆ ਡੈਡੀ, ਮੇਰੇ ਇੱਥੇ ਨਾ ਜੀ ਲੱਗ ਗਿਆ ਸੀਗਾ, ਤਾਂ ਕਰਕੇ ਨਹੀਂ ਆਈ ਮੈਂ। ਮੈਂ ਉੱਧਰ, ਮੈਨੂੰ ਪਤਾ ਇਹ ਪਟਿਆਲੇ ਦੀ ਸਾਈਡ ਹੈ ਨਾ ਸਕੂਲ, ਉੱਥੇ ਵਧੀਆ ਨਹੀਂ ਹੈਗੇ, ਨਾ ਸਟਾਫ ਵਧੀਆ ਅਤੇ ਨਾ ਜਵਾਕ ਵੀ ਬਹੁਤ ਤੰਗ ਕਰਦੇ ਨੇ ਉੱਥੇ, ਤਾਂ ਹੀ ਨਹੀਂ ਮੈਂ ਬਦਲੀ ਕਰਵਾਈ। ਸਾਨੂੰ ਵੀ ਐਂ ਸੀ ਪੁੱਤ, ਸਾਡੇ ਨੇੜੇ ਹੋ ਜਾਂਦੀ ਤਾਂ ਹੋਰ ਵਧੀਆ ਸੀ। ਚਲੋ ਕੋਈ ਡੈਡੀ, ਜਿੱਦਾਂ ਮੈਂ ਛੁੱਟੀ ਹੋਈ ਕਰੋ ਸੰਡੇ ਨੂੰ, ਮੈਂ ਆ ਜਾ ਕਰੂੰਗੀ ਘਰੇ। ਅੱਛਾ ਹਾਂ, ਨਾਲ ਤੁਸੀਂ ਮੈਨੂੰ ਫੋਨ ਕੀਤਾ ਇੱਕਦਮ ਵੀ ਮੈਂ ਆਉਣਾ, ਕੀ ਗੱਲ ਹੋ ਗਈ ਕਿ ਮੰਮੀ ਮੰਮੀ ਤੈਨੂੰ ਕੁਛ ਕਹਿੰਦੀ? ਲੜਦੀ ਨਹੀਂ ਪਈ ਤੁਹਾਡੇ ਨਾਲ? ਨਹੀਂ ਨਹੀਂ, ਤੇਰੀ ਮੰਮੀ ਐਦਾਂ ਨਹੀਂ ਲੜਦੀ, ਉਹਦਾ ਸੁਭਾਅ ਹੀ ਇੱਦਾਂ ਦਾ, ਉਹਨੂੰ ਕਿਚ ਕਿਚ ਕਰਨ ਦੀ ਆਦਤ ਹੈ। ਫਿਰ ਕੀ ਗੱਲ ਹੋ ਗਈ? ਬੇਟਾ ਦੇਖ, ਮੈਂ ਤਾਂ ਇਹ ਗੱਲ ਕਰਨ ਆਇਆ ਤੇਰੇ ਨਾਲ, ਇੱਕ ਨਾ ਤੇਰਾ ਚਾਚਾ ਰਿਸ਼ਤਾ ਲੈ ਕੇ ਆਇਆ ਬਹੁਤ ਵਧੀਆ, ਉਹ ਵੀ ਕਨੇਡਾ ਦਾ। ਮੈਨੂੰ ਦੱਸਦੀ ਸੀ ਮੰਮੀ ਜਦੋਂ ਮੈਂ ਗਈ ਸੀਗੀ, ਪਰ ਡੈਡੀ ਮੈਂ ਤਾਂ ਉਹਦੀ ਜਵਾਬ ਦਿੱਤਾ ਸੀਗਾ ਮੰਮੀ ਨੂੰ, ਫਿਰ ਦੁਬਾਰੇ ਉਹ ਗੱਲ ਕਰਨ ਦਾ ਤਾਂ ਮਤਲਬ ਹੀ ਨਹੀਂ ਬਣਦਾ ਹੈਗਾ, ਮੈਂ ਨਹੀਂ ਕਰਾਉਣਾ ਹਜੇ ਵਿਆਹ। ਕੀ ਗੱਲ ਪੁੱਤ, ਨਾਲੇ ਸਾਰਾ ਪਰਿਵਾਰ ਬਹੁਤ ਵਧੀਆ ਉਹਨਾਂ ਦਾ, ਪੀ ਆਰ ਮੁੰਡਾ ਦਾ, ਠੀਕ ਹੈ ਮੇਰੀ ਗੱਲ ਸੁਣ। ਮੁੰਡਾ ਤਾਂ ਪੀ ਆਰ ਹੈ, ਮੈਂ ਸਮਝਦੀ ਹਾਂ, ਫਿਰ ਬਾਪੂ ਮੇਰੀ ਪੜ੍ਹਾਈ ਕੀਤੇ ਦਾ ਜਾਂ ਇੱਥੇ ਜੋਬ ਕਰਨ ਦਾ ਕੀ ਮਤਲਬ ਆ? ਜੇ ਮੈਂ ਬਾਹਰ ਹੀ ਜਾਣਾ, ਜੇ ਮੈਂ ਬਾਹਰ ਦਾ ਹੀ ਕਰਨਾ ਹੁੰਦਾ, ਮੈਂ ਪਲੱਸ ਟੂ ਬਾਅਦ ਆਈਲੈਟਸ ਕਰ ਲੈਂਦੀ, ਫਿਰ ਮੈਨੂੰ ਕੀ ਲੋੜ ਸੀ ਕਿਤਾਬਾਂ ਨਾਲ ਮੱਥਾ ਮਾਰਨ ਦੀ? ਦੇਖ ਬੇ, ਸਾਨੂੰ ਵੀ ਐਂ ਆ ਵੀ ਸਾਡੀ ਧੀ ਪੜ੍ਹ ਲਿਖ ਕੇ ਸੋਗਾਂ ਦੀ ਇੱਕ ਚੰਗੇ ਪਰਿਵਾਰ 'ਚ ਜਾਵੇ ਤਾਂ ਹੋਰ ਵਧੀਆ। ਐਂ ਕਾਹਤੋਂ ਹੁੰਦਾ ਵੀ ਮਾਂ ਪਿਓ ਹੀ ਕਿਤੋਂ ਸੋਚਦੇ ਆ, ਲਵਾ ਕੇ ਇੱਕ ਚੰਗੇ ਘਰ ਹੀ ਤੋਰਨਾ, ਆਪਣੀ ਸੋਚ ਤੋਂ ਸਿੱਖ ਤਾਂ ਕੀ ਸੀਮਤਾ ਵੀ ਕੁੜੀਆਂ ਚੰਗੇ ਘਰ ਲਈ ਵਾਪਸ ਕਰਾਉਣੀ? ਨਹੀਂ ਪੁੱਤ, ਅਸੀਂ ਚੰਗੇ ਬਾਰੇ ਸੋਚ ਰਹੇ ਹਾਂ ਸਾਰਾ ਕੁਛ। ਦੇਖ ਪੁੱਤ, ਮਨ 'ਚ ਗੱਲ ਤਾਂ ਡੈਡੀ ਇਹੀ ਆ ਵੀ ਮੈਂ ਬਾਹਰ ਨਹੀਂ ਜਾਣਾ, ਅਤੇ ਨਾ ਮੈਂ ਮੁੰਡੇ ਨਾਲ ਵਿਆਹ ਕਰਵਾਉਣਾ। ਫਿਰ ਪੁੱਤ ਮੈਨੂੰ ਖੁੱਲ੍ਹ ਕੇ ਦੱਸ ਨਾ ਕੀ ਗੱਲ ਹੈ, ਜੇ ਤੈਨੂੰ ਕੋਈ ਪਸੰਦ ਕਰਦਾ ਮੁੰਡਾ ਤਾਂ ਉਹ ਦੱਸ ਦੇ ਮੈਨੂੰ। ਡੈਡੀ ਮੇਰੀ ਨਿਗਾਹ 'ਚ ਇੱਕ ਮੁੰਡਾ ਹੈਗਾ, ਮੈਂ ਵੀ ਉਹਨੂੰ ਪਸੰਦ ਕਰਦੀ ਹਾਂ ਅਤੇ ਉਹ ਵੀ ਮੈਨੂੰ ਪਸੰਦ ਕਰਦਾ, ਘਰ ਬਾਰ ਵੀ ਵਧੀਆ ਠੀਕ ਹੈ, ਜ਼ਮੀਨ ਜਾਇਦਾਦ ਵੀ ਹੈਗੀ ਆ, ਪਰ ਮੁੰਡਾ ਪਿੰਡ ਦਾ, ਮੈਂ ਤੁਹਾਡੇ ਤੋਂ ਬਾਹਰ ਹੋ ਕੇ ਨਹੀਂ ਕਰਵਾਉਣਾ, ਜੇ ਤੁਹਾਡੀ ਰਜ਼ਾਮੰਦੀ ਆ ਫਿਰ ਹੀ ਕਰਾਊਂਗੀ ਮੈਂ। ਲੈ ਪੁੱਤਰਾ, ਐਂ ਤਾਂ ਸਾਨੂੰ ਸਾਡੀ ਧੀ 'ਤੇ ਮਾਣ ਹੈ, ਉਹ ਤਾਂ ਮੈਨੂੰ ਖੁੱਲ੍ਹ ਕੇ ਦੱਸ ਕੌਣ ਆ ਮੁੰਡਾ, ਹੈ ਅਸੀਂ ਵੀ ਮਿਲ ਲਈਏ ਉਹਨੂੰ। ਮੁੰਡਾ ਤਾਂ ਮੈਂ ਦੱਸ ਦੂੰਗੀ ਵੀ ਕੌਣ ਆ, ਪਰ ਮੈਨੂੰ ਪੱਕਾ ਪਤਾ ਵੀ ਮੰਮੀ ਨੂੰ ਪਸੰਦ ਨਹੀਂ ਆਉਣਾ, ਮੰਮੀ ਨੇ ਹਾਂ ਨਹੀਂ ਕਰਨੀ। ਉਹ ਲੈ ਲੈ, ਮੇਰੀ ਧੀ ਡਰਦੀ ਕਿਉਂ ਹੈ, ਤੇਰੀ ਮੰਮੀ ਨੂੰ ਮੈਂ ਮਨਾ ਲੂੰਗਾ, ਮੈਨੂੰ ਪਤਾ ਸਾਡੀ ਕੁੜੀ ਨੇ ਕੋਈ ਚੰਗਾ ਹੀ ਲੱਭਿਆ ਹੋਊਗਾ ਰਿਸ਼ਤਾ। ਡੈਡੀ ਜਿੰਨਾ ਦੇ ਮੈਂ ਘਰ ਰਹਿੰਦੀ ਹਾਂ
ਉਹਨਾਂ ਦੇ ਮੁੰਡਾ ਪੁੱਤ। ਦੇਖ ਤੇਰੀ ਮੰਮੀ ਨੇ ਇਸ ਗੱਲ 'ਤੇ ਕਦੇ ਵੀ ਨਹੀਂ ਰਾਜੀ ਹੋਣਾ। ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਮੰਮੀ ਨਹੀਂ ਪਸੰਦ ਕਰਨਾ ਉਹ ਸਾਰਾ ਕੁਛ ਉਹਨਾਂ ਨੇ, ਉਹਨਾਂ ਦੇ ਘਰ ਦਾ ਮਾਹੌਲ ਵੀ, ਹਾਂ ਮੈਂ ਕੰਮ ਕਰਦੀ ਹਾਂ ਪਸ਼ੂਆਂ 'ਚ, ਉਹਨਾਂ ਨੂੰ ਇਹ ਸਭ ਕੁਛ ਨਹੀਂ ਪਸੰਦ ਹੋਣਾ। ਮੈਂ ਤਾਂ ਹੀ ਨਹੀਂ ਗੱਲ ਕਰ ਰਹੀ ਸੀ, ਪਰ ਮੈਂ ਕਹਿੰਦੀ ਹਾਂ ਡੈਡੀ ਵੀ ਤੁਸੀਂ ਇੱਕ ਵਾਰੀ ਤਾਂ ਗੱਲ ਕਰਕੇ ਦੇਖੋ। ਜੇ ਤੁਸੀਂ ਮੇਰੀ ਖੁਸ਼ੀ ਚਾਹੁੰਦੇ ਹੋ ਤਾਂ ਮੇਰੀ ਖੁਸ਼ੀ ਉਹਨਾਂ ਦੇ ਘਰ ਹੀ ਆ, ਮੈਂ ਉੱਥੇ ਖੁਸ਼ ਹਾਂ, ਭਾਵੇਂ ਰੁੱਖੀ ਮਿਲੇ ਸੁੱਖੀ ਮਿਲੇ ਮੈਂ ਖਾ ਲੂੰਗੀ, ਪਰ ਮੈਂ ਖੁਸ਼ ਹਾਂ। ਹਾਂ ਜੇ ਤੁਸੀਂ ਆਪਦੀ ਮਰਜ਼ੀ ਨਾ ਕਰਾਉਂਗੇ ਮੈਂ ਕਰਾ ਲੂੰਗੀ, ਮੈਂ ਤੁਹਾਡੇ ਤੋਂ ਬਾਹਰ ਨਹੀਂ ਹੁੰਦੀ, ਪਰ ਮੈਂ ਉੱਥੇ ਖੁਸ਼ ਨਹੀਂ ਹੋਣੀ। ਹੁਣ ਤੁਸੀਂ ਦੇਖ ਲਓ ਮੇਰੀ ਖੁਸ਼ੀ ਦੇਖਣੀ ਆ ਜਾਂ ਆਪਦੀ ਮਰਜ਼ੀ। ਪੁੱਤ ਤੈਨੂੰ ਪਤਾ ਹੀ ਆ ਮਹਿੰਦਰ, ਤੇਰੀ ਮੰਮੀ ਦਾ ਸੁਭਾਅ, ਉਹ ਇਹੋ ਜਿਹੇ ਲੋਕਾਂ ਨੂੰ ਨਹੀਂ ਪਸੰਦ ਕਰਦੀ, ਉਹ ਕਿੰਨੀ ਐਲਰਜੀ ਮੰਨਦੀ ਇਹਨਾਂ ਲੋਕਾਂ ਤੋਂ। ਇਹੋ ਜਿਹੇ ਨੂੰ ਦੱਸ ਡੈਡੀ ਕੀ ਕਰਤਾ ਉਹਨਾਂ ਨੇ, ਆਪਣੇ ਉਹ ਇਨਸਾਨ ਨੇ, ਆਪਾਂ ਰੋਟੀ ਖਾਂਦੇ ਹਾਂ ਉਹ ਰੋਟੀ ਖਾਂਦੇ ਆ, ਕੀ ਅਲੱਗ ਆ, ਬਸ ਇੰਨਾ ਕਿ ਆਪਾਂ ਸ਼ਹਿਰ 'ਚ ਆ ਉਹ ਪਿੰਡ 'ਚ ਆ। ਤੁਸੀਂ ਐਂ ਵੀ ਤਾਂ ਦੇਖੋ ਸ਼ਹਿਰ 'ਚ ਜਿੰਨਾ ਕੁਛ ਵੀ ਜਾਂਦਾ ਪਿੰਡਾਂ 'ਚ ਜਾਂਦਾ, ਫਿਰ ਪਿੰਡਾਂ ਨੂੰ ਕਿਉਂ ਮਾੜਾ ਕਹਿੰਦੇ ਆ? ਇੱਥੋਂ ਵਰਗਾ ਤਾਂ ਮਾਹੌਲ ਕਿਤੇ ਵੀ ਨਹੀਂ ਮਿਲਣਾ, ਮੈਂ ਤਾਂ ਕਹਿੰਦੀ ਕਨੇਡਾ ਵਰਗਾ ਵੀ ਨਹੀਂ ਮਾਹੌਲ ਹੈਗਾ। ਕਿ ਮੇਰੇ ਪੁੱਤ ਦੀ ਸੋਚ ਨਾ ਵਧੀਆ ਹੋ ਗਈ। ਚੱਲ ਠੀਕ ਹੈ ਪੁੱਤਰਾ, ਜੇ ਤੂੰ ਪਿੰਡ 'ਚ ਮਾਹੌਲ ਵਧੀਆ ਲੱਗਿਆ ਤੈਨੂੰ, ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਤੇਰੀ ਮੰਮੀ ਨੂੰ ਤਾਂ ਮੈਂ ਆਪੇ ਮਿਲਾ ਲੂੰਗੀ। ਹੁਣ ਮੇਰੀ ਧੀ ਦੀ ਖੁਸ਼ੀ ਜੀ ਮੇਰੀ ਖੁਸ਼ੀ ਹੈ, ਠੀਕ ਹੈ? ਠੀਕ ਹੈ ਜੀ, ਬਸ ਮੰਮੀ ਨੂੰ ਹੋਰ ਕੁਛ ਨਹੀਂ ਚਾਹੀਦਾ, ਕਿਉਂਕਿ ਆਇਆ ਜੇ ਮੰਮੀ ਨਾ ਮੰਨੀ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਐਂ ਰਹੂਗਾ ਵੀ ਹਾਂ ਮੇਰੀ ਮਾਂ ਇਸ ਗੱਲ ਵਿੱਚ ਰਾਜ਼ੀ ਨਹੀਂ ਸੀ। ਜੇ ਸਾਰਾ ਪਰਿਵਾਰ ਖੁਸ਼ ਹੋਊਗਾ ਨਾ ਫਿਰ ਹੀ ਪਰਿਵਾਰ 'ਚ ਅੱਗੇ ਖੁਸ਼ ਰਹਿ ਸਕਦੇ। ਚੱਲ ਕੋਈ ਨਹੀਂ, ਇਹ ਤੂੰ ਮੇਰੇ, ਤੇਰੀ ਮੰਮੀ ਨੂੰ ਮੈਂ ਆਪੇ ਮਿਲਾ ਲੂੰਗਾ, ਠੀਕ ਹੈ? ਗੁੱਸੇ ਨਾਲ ਕਿ ਪਿਆਰ ਨਾਲ? ਪਿਆਰ ਨਾਲ ਮੈਂ ਮੰਨੀ ਹੋ ਵੀ ਸਹੀ। ਚੱਲ ਠੀਕ ਹੈ ਪੁੱਤਰਾ, ਹੁਣ ਮੈਂ ਚੱਲਦਾ, ਚੱਜ ਨਾਲ ਗੱਲ ਕੋਈ ਗੱਲ ਨਹੀਂ, ਉਵੇਂ ਕਰ ਲਾਂਗੇ ਪੁੱਤਰਾ, ਠੀਕ ਹੈ? ਠੀਕ ਹੈ, ਜਾਮ ਪੀਣਾ? ਨਹੀਂ ਨਹੀਂ ਬੇਟਾ, ਚੱਲਦਾ ਮੈਂ, ਠੀਕ ਹੈ? ਠੀਕ ਹੈ, ਵਧੀਆ ਡਿਊਟੀ ਕਰੋ, ਠੀਕ ਹੈ? ਠੀਕ। ਲੈ ਪੁੱਤ ਪਾਣੀ ਵੀ ਪਹਿਲਾਂ। ਹੋਰ ਠੀਕ ਆ ਮਾਸੀ? ਮੈਂ ਤਾਂ ਠੀਕ ਆ, ਤੂੰ ਦੱਸ? ਗੁੱਡੇ ਗੁੱਡੇ ਠੀਕ ਰਹਿੰਦੇ ਨੇ ਤੇਰੇ ਹੁਣ? ਠੀਕ ਨੇ ਪੁੱਤ, ਤੂੰ ਕੁੜੀਸ ਆ ਬਸ, ਮੈਨੂੰ ਐਂ ਦੱਸ ਕਿੰਨੇ ਚਿਰ ਲਈ ਆਇਆ ਹੁਣ ਤੂੰ? ਮੈਂ ਤਾਂ ਦੇਖਦਾ ਮੇਰਾ ਤਾਂ ਜੀ ਕਰਦਾ ਜਾਵਾਂ ਹੀ ਨਾ, ਹੁਣ ਕਿਹੜਾ ਜੀ ਕਰਦਾ ਉੱਧਰ ਜਾਣ ਨੂੰ ਮਾਸੀ? ਗੱਲ ਤਾਂ ਕਿਹੜੀਆਂ ਕਮਾਈਆਂ ਰਹਿ ਗਈਆਂ ਉੱਧਰ? ਕਮਾਈਆਂ ਤਾਂ ਕਿਹੜੀਆਂ ਨੇ ਪੁੱਤ, ਉਰੇ ਕਮਾਈਆਂ ਊਂ ਨਹੀਂ ਕਰਦੇ, ਉੱਥੇ ਤੁਹਾਨੂੰ ਹੈ ਹੀ ਨਹੀਂ ਕੰਮ ਧੰਦਾ। ਉੱਥੇ ਵੀ ਮਾਈ ਮਾਸੀ ਦਿਹਾੜੀਆਂ ਕਰ ਲੈ ਜਿੰਨੀਆਂ ਮਰਜ਼ੀ, ਕਿਹੜਾ ਪੈਸਾ ਹੈਗਾ ਉੱਥੇ, ਕੰਮ ਮਿਲ ਗਿਆ ਕਦੇ ਕੰਮ ਮਿਲਿਆ ਨਹੀਂ ਹੈਗਾ। ਫਿਰ ਦੱਸ ਉਹ ਕੀ ਕਹਿੰਦਾ ਹੁਣ? ਸੁੱਖ ਸੁੱਖ ਨੇ ਕੀ ਕਹਿਣਾ ਭਾਈ, ਮੈਂ ਤਾਂ ਨਾ ਸਮਝਾ ਸਮਝਾ ਥੱਕ ਗਈ, ਆ ਤੇਰੇ ਮਗਰੋਂ ਨਾ ਬਹੁਤ ਕੁਛ ਹੋ ਗਿਆ, ਦੇਖ ਤਲਾਕ ਹੋ ਗਿਆ ਉਹਦੇ ਨਾਲ, ਦੁਬਾਰੇ ਵਿਆਹਿਆ ਸੀਗਾ। ਚੱਲ ਉਹ ਤਾਂ ਚੱਲਦੀ ਰਹਿੰਦਾ ਮਾਸੀ, ਹੁਣ ਆਪਾਂ ਕਿਹੜਾ ਵਿਆਹ ਕਾਹਦੇ ਵਾਸਤੇ ਕਰਾਉਣਾ ਹੈ, ਨਵੀਂ ਸੁੱਖ ਮਿਲੇ, ਹੁਣ ਨਹੀਂ ਕਈ ਵਾਰ ਮੇਲ ਖਾਂਦਾ ਹੈਗਾ। ਚੱਲ ਤੂੰ ਪੁੱਛ ਨਾ ਪੁੱਤ, ਇਹ ਕੰਜਰਖਾਨਾ ਤਾਂ ਚੱਲਦੀ ਰਹਿੰਦਾ, ਤੂੰ ਹੁਣ ਵਿਆਹ ਵੂਹ ਦਾ ਦੇਖ, ਹੁਣ ਉਹਦਾ ਵਿਆਹ ਦੂਜਾ ਕਰਦੇ ਹਾਂ ਆਪਾਂ। ਵਿਆਹ ਤਾਂ ਮੈਂ ਤਾਂ ਕਹਿਣੀ ਹਾਂ, ਮੇਰੀ ਤਾਂ ਸੁਣਦਾ ਹੀ ਨਹੀਂ ਹੈਗਾ, ਮੈਂ ਤਾਂ ਨਾ ਹਾੜੇ ਕੜ ਕੜ ਥੱਕ ਗਈ ਉਹਦੇ, ਉਹ ਤਾਂ ਜਮੀ ਹੀ ਨਹੀਂ ਲੱਤ ਲਾਉਂਦਾ ਹੈਗਾ ਬਸ। ਕੋਈ ਨਾ, ਹੈ ਹੁਣ ਹੈ ਕਿੱਥੇ ਉਹ? ਇੱਧਰ ਹੀ ਗਿਆ ਹੋਇਆ, ਹੁਣ ਆ ਜੂਗਾ। ਹੁਣ ਤਾਂ ਹੁਣ ਤੂੰ ਕਿੰਨਾ ਕੁ ਚਿਰ ਕੰਮ ਕਰੀ ਜਾਏਂਗੇ, ਗੋਡੇ ਤੇਰੇ ਕੰਮ ਨਹੀਂ ਕਰਦੇ ਗਾ, ਇੱਥੇ ਡਿੱਗ ਜਾਏਂਗੀ, ਫਿਰ ਕੌਣ ਚੱਕ ਕੇ ਲੈ ਜੂਗਾ ਤੈਨੂੰ? ਉਹੀ ਤਾਂ ਗੱਲ ਹੈ ਪੁੱਤ, ਮੈਂ ਤਾਂ ਬਥੇਰਾ ਕਹਿੰਦੀ ਹਾਂ ਵੀ ਭਾਈ ਮੇਰੇ ਸਿਰ 'ਤੇ ਹੁਣ ਕਿੰਨਾ ਕੁ ਚਿਰ ਗੱਡਾ ਚੱਲੂਗਾ, ਵੀ ਆਪਦਾ ਕੋਈ ਹੀਲਾ ਕਰੋ। ਕਰਨਾ ਤਾਂ ਪਊਗਾ, ਮਾਸੜ ਕਿੱਥੇ ਨਾ ਮਾਸੜ ਦਿੰਦਾ? ਮਾਸੜ ਤੇਰਾ ਹੇਮਕੁੰਡ ਸਾਹਿਬ ਵੱਗ ਗਿਆ, ਇੱਥੇ ਫਿਰਦਾ ਰਹਿੰਦਾ ਸੀ, ਮਾੜਾ ਮੋਟਾ ਸੁੱਖ ਸਾਰਾ ਦੀ ਖੁਰਲੀ ਜਿਹਾ ਹੱਥ ਮਾਰ ਲੈਂਦਾ,
ਕਦੇ ਡੰਗਰ ਪਸ਼ੂਆਂ ਦਾ ਕਹਿੰਦਾ ਜੇ ਹੋਰ ਵੀ ਪਾਣੀ ਧਾਣੀਏ ਪਿਆ ਦਿੰਦਾ ਸੀ। ਮਾਸੜ ਨੂੰ ਕਿਹਾ ਕਰ ਮਾਸੀ ਮਾੜਾ ਮੋਟਾ ਸੁੱਖੇ ਨੂੰ ਬਿਠਾ ਕੇ ਗੱਲਬਾਤ ਕਰੂ ਕੋਈ, ਹੁਣ ਤੂੰ ਤੇਰੀ ਗੱਲ ਨਹੀਂ ਮੰਨਦਾ ਉਹ ਕਿੰਨਾ ਕਿਧਰ ਕਹੀ ਜਾਏਗੀ ਤੂੰ। ਨਾ ਤਾਂ ਤੇਰੇ ਮਾਸੜ ਦੀ ਗੱਲ ਸੁਣੇ ਉਹ, ਨਾ ਸੁਣੇ ਮੇਰੀ, ਤੇਰੀ ਮਾਂ ਬੁਲਾਈ ਸੀ ਉਹਦੀ ਵੀ ਇੰਨੀ ਗੱਲ ਨਹੀਂ ਸੁਣੀ ਐਤਕੀ ਤਾਂ ਉਹਨੇ, ਕਿੱਥੇ ਸੁਣਦਾ ਹੈ, ਤੇ ਨਾ ਹੀ ਗੱਲ ਸੁਣੀ ਉਹਨੇ ਤੇਰੇ ਮਾਮੇ ਦੀ। ਇਹਦਾ ਕਦੇ ਡੰਡਾ ਚੱਕਣਾ ਪਊਗਾ, ਫਿਰ ਰਾਹ ਪਊਗੀ ਗੱਲ, ਕਿੰਨਾ ਕਿਧਰ ਸਮਝਾਈ ਜਾਓਗੇ ਹੁਣ ਤੁਸੀਂ। ਦੇਖ ਲੈ ਭਾਈ ਮੈਂ ਤਾਂ ਥੱਕ ਗਈ, ਤੈਨੂੰ ਹੋਰ ਗੱਲ ਦੱਸਦੀ ਹਾਂ ਮੈਂ। ਆਪਣੇ ਨਾ ਇੱਕ ਕੁੜੀ ਹੈ ਮਾਸਟਰਨੀ, ਪਟਿਆਲੇ ਦੀ ਹੈਗੀ, ਉਹਨੇ ਇੱਥੇ ਕਿਰਾਏ 'ਤੇ ਕਮਰਾ ਮੰਗਦੀ ਸੀ। ਅੱਛਾ। ਮੈਂ ਉਹਨੂੰ ਇਹ ਸੁੱਖੇ ਵਾਲਾ ਕਮਰਾ ਵਿਹਲਾ ਹੀ ਪਿਆ ਸੀ ਇਹਨਾਂ ਵਾਲਾ, ਹੁਣ ਬਹੁਤ ਹੋਈ ਨਹੀਂ ਤੈਨੂੰ ਪਤਾ, ਅਤੇ ਉਹ ਕਮਰਾ ਮੈਨੂੰ ਕਿਰਾਏ 'ਤੇ ਦੇਤਾ। ਘਰੀ ਰੱਖ ਲਈ ਤੁਸੀਂ ਨੇ, ਹੋਰ ਰਹਿੰਦੀ ਹੈ। ਲੈ ਫਿਰ ਤਾਂ ਅਸੀਂ ਤਾਂ ਗੱਲਾਂ ਬਣਦੀਆਂ ਨੇ ਮਾਸੀ, ਮਾੜਾ ਮੋਟਾ ਦੇਖਿਆ ਤਾਂ ਕਰੋ ਤੁਸੀਂ। ਕਾਹਨੂੰ ਪੁੱਤ ਮੇਰੀ ਗੱਲ ਸੁਣ, ਉਹ ਤਾਂ ਉਰੇ ਮੈਂ ਰੱਖ ਲਈ ਕਿਰਾਏ 'ਤੇ ਕੁੜੀ ਰਹਿੰਦੀ ਹੈ, ਕਹਿੰਦੇ ਸਿਆਣੀ ਕੁੜੀ ਹੈ ਵਧੀਆ। ਮਾਸੀ ਐਂ ਤਾਂ ਮੈਂ ਨਹੀਂ ਕਦੇ ਰਿਹਾ, ਤੁਸੀਂ ਤਾਂ ਕਨੇਡਾ ਵੀ ਟਪਾਤਾ, ਉੱਥੇ ਨਹੀਂ ਕਦੇ ਕੁੜੀ ਰੱਖੀ, ਅਸੀਂ ਵੀ ਮੁੰਡੇ ਰਹਿੰਦੇ ਆ ਸਾਰੇ ਉੱਥੇ। ਵੀ ਚੱਲ ਕੋਈ ਨਾ, ਤਾਂ ਮੈਂ ਆਪਦੇ ਕੋਲ ਰੱਖੀ ਹੈ, ਮੈਂ ਚੱਲ ਮੈਂ ਕਰ। ਫਿਰ ਤੁਸੀਂ ਕਹਿ ਦਾਨੇ ਸੁੱਖ ਮਾੜਾ, ਸੁੱਖ ਤਾਂ ਹੁਣ ਮਗਰ ਪਊਗੀ, ਕੁੜੀਆਂ ਤਾਂ ਤੁਸੀਂ ਆਪ ਰੱਖੀਆਂ ਨੇ ਘਰੇ, ਕੁੜੀਆਂ ਕੀ ਬੀਜ ਤਾਂ ਨਹੀਂ ਰੱਖੀਆਂ, ਦੂਜਾ ਕੀ ਤੀਜਾ ਵਿਆਹ ਵੀ ਕਰਾਊਗਾ ਉਹ। ਫਿਰ ਤੀਜਾ ਤਾਂ ਕਰਨ ਨਹੀਂ ਆ ਹੁਣ, ਵਿਆਹ ਪਿੱਛੇ ਤਾਂ ਪੈ ਰਹੀਆਂ। ਫਿਰ ਤੁਸੀਂ ਕੁੜੀ ਰੱਖੋਗੇ ਫਿਰ ਤਾਂ ਅਗਲਾ ਮਗਰ ਲੱਗੂਗੀ, ਫਿਰ ਤੁਸੀਂ ਕਹਿ ਦਾਨੇ ਸੁੱਖ ਮਾੜਾ, ਹੁਣ ਉਹਨੂੰ ਕੀ ਸਮਝਾਈ ਜਾਈਏ ਆਪਾਂ ਦੱਸ ਤੂੰ। ਲੈ ਹੁਣ ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ, ਮੇਰੀ ਗੱਲ ਸੁਣ, ਮੇਰੇ ਗੱਲ ਨਾ ਪੈ ਤੂੰ, ਤੂੰ ਉਹਨੂੰ ਸਮਝਾ, ਉਹ ਕੁੜੀ ਨਾ ਸਿਆਣੀ ਆ, ਵਧੀਆ ਘਰ ਦੀ ਲੱਗਦੀ ਹੈ ਮੈਨੂੰ, ਵੀ ਇਹਦੇ ਨਾਲ ਇਹਦਾ ਪਰ ਰਿਸ਼ਤਾ ਕਰਦੀ ਹੈ। ਤੈਨੂੰ ਮਾਸੀ ਪਹਿਲਾਂ ਵਾਲੀ ਵੀ ਲੱਗਦੀ ਜੀ, ਪਹਿਲਾਂ ਨਹੀਂ ਨਾ ਕੀ ਤਾਰ 'ਤੇ। ਪੁੱਤ ਮੈਨੂੰ ਪਤਾ ਹੈਗਾ, ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ, ਇਹਨੂੰ ਤਾਂ ਹੁਣ ਉਹੀ ਗੱਲ, ਕਿੰਨਾ ਟਾਈਮ ਹੋ ਗਿਆ ਆਪਣੇ ਘਰੇ ਰਹਿੰਦੀ ਨੂੰ, ਕੰਮ ਧੰਦਾ ਕਰਦੀ ਹੈ ਵਧੀਆ। ਮੈਂ ਕਹਿੰਦੀ ਹਾਂ ਵੀ ਸੁੱਖ ਨੂੰ ਸਮਝਾ, ਵੀ ਉਹਦੇ ਨਾਲ ਆਪਾਂ ਉਹਦਾ ਰਿਸ਼ਤਾ ਕਰ ਦਈਏ। ਤੈਨੂੰ ਵਧੀਆ ਲੱਗਦੀ ਹੈ, ਵਧੀਆ ਹੈਗੀ, ਕੰਮ ਕਾਰ 'ਚ ਹੈਗੀ ਹੈ, ਮਾੜੀ ਮੋਟੀ ਹੱਥ ਲਾਉਂਦੀ ਹੈ। ਮਹਾਂ ਮਾਸਟਰੀ ਲੱਗੀ ਹੋਈ, ਜਾਂਦੀ ਹੋਈ ਸਾਰਾ ਕੰਮ ਮੇਰੇ ਨਾਲ ਕਰਾ ਕੇ ਜਾਂਦੀ ਹੈ। ਫੇਰ ਤਾਂ ਕੰਮ ਤੂੰ ਭੁੱਲ ਜਾ, ਜੇ ਮਾਸਟਰੀ ਲੱਗੀ ਹੈ ਫੇਰ ਕਿੱਥੋਂ ਤੈਨੂੰ ਕੰਮ ਦੇ ਦੂਗੀ ਕਰ। ਨਹੀਂ ਜਦੋਂ ਮੇਰੀ ਗੱਲ ਸੁਣ, ਉਹ ਤਾਂ ਨਾ ਡੰਗਰਾਂ ਨੂੰ ਕੱਖ ਵੀ ਪਾਉਂਦੀ ਹੈ। ਅੱਛਾ। ਜੇ ਮੈਂ ਹੈ ਨਹੀਂ ਸੀ, ਮੈਂ ਤ੍ਰਿਪੂਆ ਕੋਲੇ ਭਾਗੀ, ਮੇਰੇ ਮਗਰੋਂ ਗੋਹਾ ਕੂੜਾ ਵੀ ਕਰਿਆ, ਫੇਰ ਵੀ ਸਕੂਲ ਗਈ। ਵਾਹ ਨਹੀਂ ਮਾਸੀ ਤੇਰੇ, ਫਿਰ ਤਾਂ ਵਿਆਹ ਹੋਈ ਪਿਆ, ਡੰਗਰ ਸਾਂਭੀ ਜਾਂਦੀ ਹੈ, ਚੁੱਲ੍ਹਾ ਚੌਂਕਾ ਸਾਂਭੀ ਜਾਂਦੀ ਹੈ, ਫੇਰ ਖਰਚਾ ਕਿਹਨੂੰ ਕਰਨਾ ਤੁਸੀਂ ਨੇ? ਵੀ ਪੁੱਤ ਫੇਰ ਵੀ ਵਿਆਹ ਤਾਂ ਕਰਨਾ ਹੀ ਪਊ, ਤੇਰੀ ਮਾਂ ਨੇ ਵੀ ਇਹੀ ਕਿਹਾ ਸੀ ਵੀ ਤੇਰੀ ਮਾਂ ਨੂੰ ਵੀ ਪਸੰਦ ਆਈ ਉਹ ਕੁੜੀ, ਕਹਿੰਦੇ ਭਾਈ ਇਸ ਕੁੜੀ ਨਾਲ ਹੀ ਵਿਆਹ ਕਰ ਲਾਂਗੇ ਜੇ ਸੁੱਖ ਦਾ। ਜੇ ਤਾਂ ਠੀਕ ਲੱਗਦੀ ਹੈ ਫਿਰ ਤਾਂ ਮੈਂ ਗੱਲ ਕਰ ਲੂੰ ਸੁੱਖੇ ਨਾਲ। ਹਾਂ ਗੱਲ ਕਰ ਲੈ, ਗੱਲ ਕੋਈ ਨਾ ਆ ਜਾਣ ਦੇ, ਮੈਂ ਚਾਹ ਬਣਾਉਣੀ ਹੈ, ਕੋਈ ਨਾ ਚਾਹ ਬਣਾਵਾਂ, ਇਹ ਦੇਖਦਾ ਮੇਰੇ ਸਾਹਮਣੇ ਨਹੀਂ ਮੰਨਦਾ, ਉਹ ਤੇਰੀ ਗੱਲ ਤਾਂ ਸੁਣੀ ਰਹਿੰਦਾ। ਕੋਈ ਨਾ ਅੱਜ ਕਰਦਾ ਇੱਕ ਪਾਸਾ ਇਹਦਾ, ਇਹਨੂੰ ਆ ਜਾਣ ਦੇ। ਖਬਰ ਜੀ ਸੁਣੀ ਆ ਪਿੰਡ ਚੋਂ, ਮਾਰਤੀ ਹੁਣੀ ਮਾਂ ਨੇ ਪਕਾਈ ਤੇਰੇ ਕੋਲ? ਨਾ ਨਾ ਮੈਂ ਤਾਂ ਇਧਰੋਂ ਪਿੰਡ ਚੋਂ ਤੁਰਿਆ ਆਉਂਦਾ ਸੀ, ਮੈਨੂੰ ਤਾਂ ਉੱਥੇ ਦੱਸ ਦੇ ਕਹਿੰਦੇ ਹਾਂ ਪਿੰਡ ਦਾ ਭੈਣ ਦਾ ਮਾਈਕ ਚੱਕੀ ਫਿਰਦੇ ਨੇ ਨਾ ਵੀ ਹਾਂ ਵੀ ਸੁੱਖ ਦੀਆਂ ਗੱਲਾਂ ਬਾਤਾਂ ਲੱਗ ਗਿਆ ਤੂੰ ਮਾਸਟਰ ਲੱਗ ਗਿਆ, ਮੈਂ ਤਾਂ ਉੱਥੋਂ ਅੰਦਾਜ਼ਾ ਜਿਹਾ ਲਾਇਆ ਸੀ। ਉਹ ਤੂੰ ਰਹਿਣ ਦੇ ਟਿੱਚਰਾਂ ਨਾ ਕਰ, ਹੋਰ ਸੁਣਾ ਕੀ ਹਾਲ ਚਾਲ ਹੈ? ਮੇਰੀ ਗੱਲ ਸੁਣਾ, ਉਹ ਕੁੜੀ ਕੌਣ ਹੈ ਜਿਹੜੀ ਰੱਖੀ ਹੋਈ ਆ ਘਰੇ? ਤਾਂ ਉਹ ਪਹਿਲਾਂ ਵੀ ਆਪਦਾ ਹਾਲ ਚਾਲ ਤਾਂ ਦੱਸਦੇ, ਤੈਨੂੰ ਕੁੜੀਆਂ ਦੀ ਪੈ ਗਈ ਯਾਰ, ਕਮਾਲ ਦੀ ਗੱਲ ਹੈ। ਪਤਾ ਕੀ ਹੈ, ਮੇਰੀ ਗੱਲ ਸੁਣ, ਕੋਈ ਗੱਲ ਰਾਹੇ ਪਾਵਾਂਗੇ, ਪਹਿਲਾਂ ਦਾ ਤਾਂ ਮੈਨੂੰ ਪਤਾ ਚਾੜਦਾ ਚੰਦ। ਮੈਂ ਕੀ ਚੰਦ ਚਾੜਦਾ? ਉਹ ਤੇਰੀ ਚੰਦ ਚਾੜੇ ਹੋਏ ਨੇ, ਹੋਰ ਕਿਤੇ ਚੰਦ ਚਾੜੇ ਹੋਏ ਨੇ? ਹੁਣ ਤਾਂ ਤੂੰ ਸੱਚਾ ਬਣ ਜਾਣਾ ਬਾਅਦ ਚੋਂ, ਹੁਣ ਸਾਨੂੰ ਕਿਹੜਾ ਪਤਾ ਨਹੀਂ ਜੇ ਮਾੜਾ ਮੋਟਾ ਟਾਈਮ ਨਾ ਘਰੇ ਬੜੇ। ਮੇਰੀ ਸੁਣ ਗੱਲ, ਜੇ ਸੱਚਾ ਸੀ ਤਾਂ ਹੀ ਕੋਠੀ ਵੇਚ ਕੇ ਅਗਲੇ ਦੀ ਝੋਲੀ ਭਰੀ ਸੀਗੀ, ਠੀਕ ਹੈ? ਜੇ ਝੂਠੇ ਹੁੰਦੇ ਤਾਂ ਕੋਈ ਕੋਠੀ ਵੇਚਣ ਦੀ ਲੋੜ ਨਹੀਂ ਪੈਣੀ ਸੀਗੀ। ਤੂੰ ਪਤੰਦਰਾ ਉਹੀ ਗੱਲਾਂ ਕਰੀਆਂ ਨਾ, ਮੇਰਾ ਭਾਈ ਹੋ ਕੇ ਤੂੰ ਪੱਕ ਕਿਸੇ ਦਾ ਹੋਰ ਲਈ ਜਾਂਦਾ। ਮੇਰੀ ਗੱਲ ਸੁਣ, ਚੱਲ ਉਹਦਾ ਗੱਲ ਗਈ ਕਿ ਬਾਈ, ਹੁਣ ਤੂੰ ਇਹ ਦੱਸ ਹੁਣ ਤੇਰਾ ਇਹਦੇ ਨਾਲ ਕੋਈ ਬਣਦੀ ਹੈ ਗੱਲਬਾਤ? ਕਿਹਦੇ ਨਾਲ ਬਣਦੀ ਹੈ? ਮਾਸਟਰ ਨਹੀਂ ਘਰੇ ਰੱਖੀ ਹੋਈ ਹੈ,
ਮਤਲਬ ਮਾਂ ਨੇ ਤੈਨੂੰ ਸਾਰੀ ਗੱਲ ਦੱਸਤੀ? ਓ ਯਾਰ ਮੈਨੂੰ ਤਾਂ ਬਾਹਰੋਂ ਪਤਾ ਲੱਗਾ ਯਾਰ, ਮੈਂ ਤਾਂ ਮੈਨੂੰ ਆਇਆ ਸੀਗਾ ਵੀ ਬਾਹਰੋਂ ਤੂੰ ਆਇਆ ਤਾਂ ਹਲੇ ਕੱਲ ਹੋਵੇਂਗਾ ਤੂੰ। ਓ ਯਾਰ ਮੈਂ ਕੱਲ ਖੜਿਆ ਸੀ ਇੱਥੇ, ਤੈਨੂੰ ਪਤਾ ਮੈਂ ਸਾਰਿਆਂ ਨੂੰ ਜਾਣਦਾ। ਉਹਦਾ ਕਹਿੰਦੇ ਗੱਲ ਜੀ ਚੱਲ ਰਹੀ ਹੈ, ਕਹਿੰਦੇ ਐਂ ਕਰਕੇ ਕਹਿੰਦੇ ਘਰੇ ਰੱਖ ਰੱਖੀ ਆ ਕੁੜੀ, ਘਰੇ ਰੱਖੀ ਆ, ਪਤਾ ਕਿੰਨੀ ਬਦਨਾਮੀ ਲੱਗਦੀ ਆ। ਉਹ ਘਰੇ ਰੱਖੀ ਹੋਈ ਖਸਮਾ ਉਹਦੇ ਸਕੂਲ 'ਚ ਲੱਗੀ ਹੋਈ ਆ, ਉਹ ਆਪਣੇ ਕਮਰਾ ਕਿਰਾਏ 'ਤੇ ਲਿਆ ਹੋਇਆ ਉਹਨੇ, ਆਪਣੀ ਸਾਰੇ ਪਿੰਡ 'ਚੋਂ ਆਪਣੀ ਕਮਰਾ ਮਿਲਿਆ ਕਿਰਾਏ 'ਤੇ, ਉਹਨੂੰ ਹੋਰ ਕੋਈ ਮਿਲਿਆ ਨਹੀਂ ਹੈਗਾ। ਫਿਰ ਜੇ ਗਲਤ ਕੀ ਹੋ ਗਿਆ, ਆਪਣੇ ਸਕੂਲ ਦੀ ਮਾਸਟਰਨੀ ਹੈ ਜੇ ਆਪਾਂ ਕਮਰਾ ਦੇ ਤਾ, ਫਿਰ ਦੱਸ ਕੀ ਮਾੜੀ ਗੱਲ ਹੋ ਗਈ ਜਾ? ਸਾਰੇ ਪਿੰਡ 'ਚੋਂ ਬਸ ਆਪਣੇ ਘਰ ਹੀ ਮਿਲਿਆ, ਹੋਰ ਕਿਤੇ ਰਹਿਣ ਨੂੰ ਮਿਲਿਆ ਨਹੀਂ ਉਹਨੂੰ ਥਾਂ। ਚੱਲ ਹੁਣ ਤੂੰ ਮੈਨੂੰ, ਤੈਨੂੰ ਮੈਨੂੰ ਐਂ ਲੱਗਦਾ ਵੀ ਤੈਨੂੰ ਆਪਦੇ ਭਾਈ ਦਾ ਘਰ ਵੱਸਦਾ ਚੰਗਾ ਲੱਗਦਾ ਨਾ? ਗੱਲ ਸੁਣ ਤੂੰ, ਮੈਂ ਤੈਨੂੰ ਉਹੀ ਪੁੱਛ ਰਿਹਾ ਘਰ ਵੱਸਣ ਵਾਲੀ ਵੀ ਤੇਰੀ ਹੈ ਗੱਲਬਾਤ ਸੈੱਟ? ਉਹ ਗੱਲਬਾਤ ਤਾਂ ਸਾਰੀ ਕਰਖੀ ਹੈ, ਓਕੇ ਰਿਪੋਰਟ ਆ ਉਹਦਾ। ਚਾਹ ਪੀ ਲਓ। ਚਾਹ ਮੈਂ ਤਾਂ ਪੀ ਕੇ ਆਈ ਸੀ ਚਾਚੇ। ਤੂੰ ਇਹੀ ਪੀ, ਮੈਂ ਤਾਂ ਪੀਂਦਾ ਨਹੀਂ, ਮੈਂ ਨਹੀਂ ਪੀਂਦਾ। ਮੈਂ ਤੈਨੂੰ ਇਹ ਕਿੱਥੇ ਚਾਹਾਂ ਲੰਘਦੀਆਂ ਨੇ ਤਾਂ, ਹੁਣ ਕੋਲਡ ਕਾਫੀਆਂ ਵਾਲੇ ਨੇ। ਕੋਲਡ ਕਾਫੀ ਹੁਣ ਕਿੱਥੇ ਵਧੀਆ ਲੱਗਦੀਆਂ ਨੇ ਚਾਹਾਂ? ਲਾਈਟ ਨੂੰ ਕੀ ਹੋ ਗਿਆ? ਉਹ ਮੇਰੀ ਗੱਲ ਸੁਣ ਤੂੰ, ਇਹ ਤਾਂ ਤੇਰਾ ਮਾਸਟਰੀ ਨਾਲ ਹੈ ਗੱਲਬਾਤ ਤਾਂ ਠੀਕ ਹੈ, ਨਹੀਂ ਚੁੱਪ ਕਰਕੇ ਕੈਨੇਡਾ ਚੱਲ ਤੂੰ ਮੇਰੇ ਨਾਲ, ਕੀ ਭਾਲਦਾ ਉਰੇ ਤੂੰ? ਕਿਉਂ ਕੈਨੇਡਾ ਕੀ ਹੈ? ਉਹ ਕੰਮ ਸੇ ਕੰਮ ਕੰਮ ਨਹੀਂ ਮਿਲਦਾ, ਜਨਾਨੀ ਤਾਂ ਮਿਲ ਜਾਂਦੀ ਹੈ। ਉਹ ਭਰਾਵਾ ਆਪਦੇ ਘਰ ਪਰਿਵਾਰ 'ਚ ਰਹਿਣਾ, ਠੀਕ ਹੈ, ਇਕੱਲਾ ਜਨਾਨੀਆਂ ਵਾਲਾ ਚੱਕਰ ਨਹੀਂ ਹੈਗਾ ਸਾਨੂੰ ਵੀਰੇ। ਜਿਹੜੇ ਹਿਸਾਬ ਨਾਲ ਮੈਂ ਦੇਖ ਰਿਹਾ, ਆਹ ਪਹਿਲਾਂ ਹੋ ਗਿਆ, ਹੁਣ ਦੂਜੇ 'ਚ ਮੈਨੂੰ ਤਾਂ ਗੱਲਬਾਤ ਲੱਗ ਨਹੀਂ ਰਹੀ, ਇਹਦੂ ਬਾਅਦ ਫਿਰ ਤੂੰ ਕਹੇਂਗਾ ਮੇਰਾ ਤੀਜਾ ਕਰ ਦਿਉ। ਉਹ ਯਾਰ ਤੂੰ ਰਹਿਣ ਦੇ, ਮੈਨੂੰ ਐਂ ਦੱਸ ਵੀ ਤੂੰ ਕਰਾਉਣ ਵਾਸਤੇ ਆਇਆ ਕਿ ਭਾਨੀ ਮਾਰਨ ਵਾਸਤੇ ਆਇਆ? ਮੈਂ ਤਾਂ ਕਰਾਉਣ ਵਾਸਤੇ ਆਇਆ, ਮੈਂ ਤਾਂ ਤੈਨੂੰ ਇਹੀ ਪੁੱਛਦਾ, ਜੇ ਤਾਂ ਤੂੰ ਕਰਾਏਂਗਾ ਤਾਂ ਦੱਸ, ਕੋਈ ਗੱਲਬਾਤ ਘਰੇ ਤੋਰੀਏ, ਕੋਈ ਰਾਹੇ ਪਏ ਗੱਲ। ਹੁਣ ਕਿੰਨਾ ਕੁ ਚਿਰ ਐਂ ਫਿਰੀ ਜਾਏਗਾ ਤੂੰ? ਹੁਣ ਮਾੜਾ ਮੋਟਾ ਸੋਚ ਤੂੰ, ਕਿੰਨਾ ਕੁ ਚਿਰ ਬੇਬੇ ਮਾਰੀ ਜਾਊਗੀ ਟੱਕਰਾਂ? ਕੰਮ ਕਾਰ ਉਹਨੂੰ ਹੁੰਦਾ ਨਹੀਂ ਹੈਗਾ, ਗੋਡੇ ਉਹਦੇ ਪਹਿਲਾਂ ਦੁਖਦੇ ਨੇ। ਉਹ ਮੈਂ ਸਾਰੀ ਗੱਲ ਕਰਖੀ ਹੈ ਯਾਰ, ਤੂੰ ਟੈਨਸ਼ਨ ਨਾ ਲੈ, ਉਹ ਆਪਦੇ ਘਰਦਿਆਂ ਨਾਲ ਗੱਲ ਕਰਖੀ ਹੈ, ਉਹਦੀ ਮਾਤਾ ਥੋੜ੍ਹੀ ਅੜਚਣ ਲਾਉਂਦੀ ਹੈ। ਯਾਰ ਮਾਤਾ ਤੋਂ ਕੀ ਲੈਣਾ, ਜਦੋਂ ਜਿਹਦੇ ਨਾਲ ਵਿਆਹ ਕਰਾਉਣਾ ਉਹ ਰਾਜ਼ੀ ਆ। ਉਹ ਆਪਾਂ ਖੀਰ ਠੰਡੀ ਕਰਕੇ ਖਾਣੀ ਹੈ, ਐਵੇਂ ਵਾਧੂ ਮੂੰਹ ਸੜੂਗਾ ਫਿਰ ਕੋਈ ਫਾਇਦਾ? ਜਦੋਂ ਖੀਰ ਹੋਰ ਖਾ ਗਿਆ ਨਾ ਫਿਰ ਦੇਖੀ ਤੂੰ, ਫਿਰ ਝਾਕੇਗਾ, ਫਿਰ ਜੁੜਨਾ ਵੀ ਨਹੀਂ ਕੋਈ। ਜੇ ਨਹੀਂ ਮੰਨਦੀ ਫਿਰ ਵਿਆਹ ਕੇ ਲੈ, ਭਜਾ ਕੇ ਲੈ ਜਾ। ਉਹ ਆਹ ਬੰਨੇ ਬਾਬਾ ਗੁਰੂ ਹੱਥ ਤੇਰੇ, ਉਹ ਮੇਰੀ ਤੂੰ ਐਂ ਦੱਸ ਵੀ ਮੈਨੂੰ, ਮੈਂ ਤੈਨੂੰ ਦੱਸਦਾ ਵਕੀਲ ਵੀ ਆਪਣੇ ਕੋਲ ਹੈਗਾ, ਦੋ ਬੰਦੇ ਚਾਹੀਦੇ ਨੇ, ਇੱਕ ਮੈਂ ਹੈਗਾ, ਇੱਕ ਹੋਰ ਕਰ ਲਾਂਗੇ। ਮਤਲਬ ਜੁੱਤੀਆਂ ਪੈਣ ਦਾ ਪ੍ਰੋਗਰਾਮ ਤੈਨੇ ਪੱਕਾ ਕਰਖਿਆ ਮੇਰਾ? ਤੈਨੂੰ ਯਕੀਨ ਨਹੀਂ ਮੇਰੇ 'ਤੇ? ਚੱਲ ਤੂੰ ਉਹ ਛੱਡ, ਤੂੰ ਐਂ ਦੱਸ ਵੀ ਅੱਜ ਰਹੇਗਾ? ਭੱਜੀ ਭਜਾਈ ਤਾਂ ਉਹ ਆਪ ਹੀ ਆ, ਪਰ ਜਦੋਂ ਇੱਥੇ ਬੈਠੀ ਹੈਗੀ। ਉਹ ਯਾਰ ਹਿਸਾਬ ਨਾਲ ਬੋਲ ਤੂੰ, ਠੀਕ ਹੈ, ਤੇਰੀ ਹੋਣ ਵਾਲੀ ਭਾਬੀ ਆ ਉਹ, ਜ਼ਿਆਦਾ ਨਹੀਂ ਤੂੰ ਐਡਵਾਂਸ ਜੇ ਬੋਲੀ ਜਾਂਦਾ। ਤੂੰ ਮਾਸਟਰ ਬਣ ਗਿਆ, ਮੈਨੂੰ ਪਤਾ ਹੋਣਾ ਤੈਨੂੰ, ਹੁਣ ਗੱਲਾਂ ਤੇਰੀਆਂ ਉੱਚੀਆਂ ਹੋ ਗਈਆਂ, ਜੇ ਕਰਾਉਣਾ ਤਾਂ ਦੱਸ, ਕੋਈ ਗੱਲਬਾਤ ਰਾਹੇ ਪਾਈ। ਮੈਂ ਆਪੇ ਕਰਾ ਲੂੰਗਾ, ਤੂੰ ਟੈਨਸ਼ਨ ਨਾ ਲੈ, ਠੀਕ ਹੈ, ਠੀਕ ਹੈ। ਹੁਣ ਤੂੰ ਇਹ ਦੱਸ ਵੀ ਸ਼ਾਮ ਵਾਲਾ ਪ੍ਰੋਗਰਾਮ ਜਾਂ ਕਰੀਏ? ਨਾ ਨਾ, ਮੈਂ ਤਾਂ ਜਾਣਾ ਬਾਈ, ਮੈਨੂੰ ਤਾਂ ਕੰਮ ਹੈ ਜ਼ਰੂਰੀ। ਉਹ ਮੈਨੂੰ ਪਤਾ ਹੈ ਕੰਮ ਕਿੱਥੇ ਹੈ, ਪੱਬਾਂ ਕਲੱਬਾਂ 'ਚ ਜਾਣਾ ਹੋਣਾ, ਤੁਸੀਂ ਹੋਰ ਕੋਈ ਤੁਹਾਨੂੰ ਕੰਮ ਨਹੀਂ ਹੈਗਾ? ਮੈਨੂੰ ਜ਼ਰੂਰੀ ਕੰਮ ਨੇ, ਮੈਂ ਤੇਰੇ ਵਾਂਗੂ ਵਿਹਲਾ ਨਹੀਂ ਹੈਗਾ, ਵੀ ਬਸ ਵਿਆਹਾਂ ਦੇ ਰਾਹੀ ਪਿਆ ਰਹਾਂ। ਚੱਲ ਕੋਈ ਨਹੀਂ, ਚੱਲ ਫਿਰ ਸ਼ਾਮ ਨੂੰ ਮਿਲਦੇ ਹਾਂ, ਠੀਕ ਹੈ। ਹਾਂ ਦੱਸ ਕਿਉਂ ਸੱਦਿਆ ਮੈਨੂੰ ਇੱਥੇ? ਕਿਉਂ ਮਨਿੰਦਰ, ਮੈਂ ਤੈਨੂੰ ਸੱਦ ਵੀ ਨਹੀਂ ਸਕਦਾ। ਜਿਹੜੇ ਵੀ ਹੱਕ ਸੀ ਨਾ, ਸਾਰੇ ਬਹੁਤ ਟਾਈਮ ਪਹਿਲਾਂ ਗਵਾ ਲਏ ਸੀਗੇ ਤੂੰ, ਹੁਣ ਤਾਂ ਮੈਨੂੰ ਪਤਾ ਪੈਸੇ ਚਾਹੀਦੇ ਆ, ਹੁਣ ਪੈਸੇ ਤੈਨੂੰ ਮਹੀਨੇ ਦੇ ਮੈਂ ਦੇ ਤਾਂ ਦਿੰਦੀ ਹਾਂ। ਗੱਲ ਪੈਸੇ ਦੀ ਨਹੀਂ ਹੈਗੀ ਮਨਿੰਦਰ, ਪੈਸੇ ਤੋਂ ਤਾਂ ਬਹੁਤ ਅੱਗੇ ਲੰਘ ਚੁੱਕੀ ਹੈ ਗੱਲ, ਮੈਂ ਤਾਂ ਹੁਣ ਤੇਰੇ ਨਾਲ ਵਿਆਹ ਕਰਾਉਣਾ। ਵਿਆਹ ਨਾ, ਹੁਣ ਨਹੀਂ ਇਹ ਹੋ ਸਕਦਾ, ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ। ਮੇਰੇ ਕੋਲ ਬਹੁਤ ਕੁਛ ਪਿਆ ਤੇਰਾ, ਚਾਹਵਾਂ ਤਾਂ ਮੈਂ ਅੱਜ ਤੇਰੀਆਂ ਫੋਟੋਆਂ ਤੇਰੇ ਘਰ ਸੈਂਡ ਕਰ ਸਕਦਾ। ਮੈਨੂੰ ਪਤਾ ਹੀ ਆ, ਇਹੀ ਤਾਂ ਡਰਾਵੇ ਦਿੰਦਾ ਰਿਹਾ ਤੂੰ, ਇਹੋ ਜਿਹਾ ਤੇਰਾ ਪਿਆਰਾ, ਪਰ ਮੈਂ ਹੁਣ ਨਹੀਂ, ਮੈਂ ਡਰਦੀ ਤੇਰੇ ਡਰਾਵਿਆਂ ਤੋਂ, ਕੁਛ ਮਰਜ਼ੀ ਕਰ ਲਾ, ਪਰ ਹੁਣ ਮੈਂ ਤੇਰੇ ਝਾਂਸੇ 'ਚ ਨਹੀਂ ਆਉਂਦੀ। ਹੁਣ ਤਾਂ ਮੇਰੇ ਝਾਂਸੇ 'ਚ ਕਿਉਂ ਆਉਣਾ, ਮੈਨੂੰ ਸਭ ਪਤਾ ਤੂੰ ਕਿਹਦੇ ਝਾਂਸਿਆਂ 'ਚ ਫਿਰਦੀ ਹੈ, ਜਿਹੜੇ ਕੰਮ ਤੂੰ ਕਰਨ ਨੂੰ ਫਿਰਦੀ ਹੈ ਨਾ, ਇਹ ਮੈਂ ਹੋਣ ਨਹੀਂ ਦੇਣੇ। ਤੂੰ ਕੌਣ ਹੁਣ ਮੈਨੂੰ ਰੋਕਣ ਵਾਲਾ? ਮੇਰੀ ਮਰਜ਼ੀ, ਮੇਰੀ ਜ਼ਿੰਦਗੀ, ਮੈਂ ਕੁਛ ਮਰਜ਼ੀ ਕਰਾਂ। ਕੋਈ ਨਾ, ਫਿਰ ਜਾਣਦਾ ਮੈਂ ਤੈਨੂੰ ਵੀ ਹਾਂ ਅਤੇ ਜਾਣਦਾ ਮੈਂ ਉਹਨੂੰ ਵੀ ਹਾਂ, ਜਿਹਦੇ ਕਰਕੇ ਤੂੰ ਇਹ ਗੱਲ ਕਰ ਰਹੀ ਹੈ।
ਕੋਈ ਗੱਲ ਨਹੀਂ, ਫਿਰ ਜਾਣੀ ਜਾ, ਪਰ ਇੱਦੋਂ ਮੁੜ ਕੇ ਮੇਰੇ ਪਿੱਛੇ ਨਾ ਆਈ। ਤੈਨੂੰ ਪੈਸੇ ਚਾਹੀਦੇ ਨੇ, ਪੈਸੇ ਮਿਲ ਜਾਂਦੇ ਆ, ਹੁਣ ਜਦੋਂ ਡਰਦੀ ਨਹੀਂ ਹੈਗੀ ਮੈਂ। ਡਰਦੀ ਤਾਂ ਤੂੰ ਕਿਵੇਂ ਨਹੀਂ, ਹਾਂਜੀ ਵੀਰੇ ਸੁੱਖ ਬੋਲਦਾ। ਹਾਂਜੀ ਬਾਈ ਸੁੱਖ ਬੋਲਦਾ ਜੀ।